ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਫੈਸਲਾ ਦੇਸ਼ ਦਾ। ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ, ਜਿਵੇਂ ਜਿਵੇਂ ਰੁਝਾਨ ਸਾਡੇ ਸਾਹਮਣੇ ਆ ਰਹੇ ਤੁਹਾਨੂੰ ਅਸੀਂ ਨਾਲ ਨਾਲ ਉਹ ਵੀ ਦੱਸ ਰਹੇ ਹਾਂ। ਪੈਨਲ ਸਾਡੇ ਨਾਲ ਮੌਜੂਦ ਹੈਗਾ ਅਤੇ ਮਨਦੀਪ ਸਿੰਘ ਬਾਜਵਾ, ਉਹ ਵੀ ਸਾਡੇ ਨਾਲ ਇੱਥੇ ਪਹੁੰਚ ਚੁੱਕੇ ਹੈਗੇ ਆ। ਡਿਫੈਂਸ ਦੀ ਅੱਛੀ ਜਾਣਕਾਰੀ ਰੱਖਦੇ ਆ, ਸੀਨੀਅਰ ਪੱਤਰਕਾਰ ਨੇ, ਚੰਗਾ ਇਹਨਾਂ ਕੋਲ ਡਾਟਾ ਵੀ ਹੈਗਾ ਕਿ ਕਿੰਨਾ ਸੁਣਿਆ ਜਾਂਦਾ ਹੈਗਾ ਜਿਹੜੇ ਸ਼ਹੀਦ ਹੋ ਜਾਂਦੇ ਆ ਦੇਸ਼ ਦੇ ਲਈ, ਅਤੇ ਕਿੰਨਾ ਉਹਨਾਂ ਦੀ ਪਹਿਚਾਣ ਆ ਜਿਹੜੀ ਉਹ ਰੱਖੀ ਜਾਂਦੀ ਹੈਗੀ ਆ, ਦੇਸ਼ ਕਿੰਨੀ ਰੱਖਦਾ ਹੈਗਾ ਉਹ ਮਨਦੀਪ ਸਿੰਘ ਬਾਜਵਾ ਹਰ ਤੋਂ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਕਿਉਂਕਿ ਸਰਜੀਕਲ ਸਟ੍ਰਾਈਕ ਦੀ ਸਾਰੇ ਗੱਲ ਕਰਦੇ ਹੈਗੇ ਆ। ਜਿਹੜੀ ਸਰਜੀਕਲ ਸਟ੍ਰਾਈਕ ਸ਼ਹੀਦਾਂ ਦੇ ਪਰਿਵਾਰਾਂ ਨਾਲ ਹੋਈ ਆ, ਉਸ ਦੀ ਗੱਲ ਕੌਣ ਕਰੇਗਾ, ਸਵਾਲ ਇਹ ਵੀ ਹੈਗਾ। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਆ, ਇਹ ਵੀ ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਭੁੱਲਰ ਸਾਹਿਬ ਚਿਹਰੇ 'ਤੇ ਰੌਣਕਾਂ ਹੈਗੀਆਂ, ਭੁੱਲਰ ਸਾਹਿਬ ਚਿਹਰੇ 'ਤੇ ਰੌਣਕਾਂ ਸ਼ਾਮ ਤੀਕਰ ਕਾਇਮ ਰਹਿ ਸਕਣਗੀਆਂ ਕਿ ਨਹੀਂ ਰਹਿ ਸਕਣਗੀਆਂ, ਮੈਨੂੰ ਥੋੜ੍ਹਾ ਜਿਹਾ ਸ਼ੱਕ ਹੈਗਾ, ਤੁਹਾਨੂੰ ਤਾਂ ਨਹੀਂ ਹੈਗਾ? ਗੱਲ ਇਸ ਤਰ੍ਹਾਂ ਹੈ ਕਿ ਸਾਡੇ 'ਤੇ ਉਦੋਂ ਵੀ ਰੌਣਕਾਂ ਸੀ ਜਦੋਂ ਅਸੀਂ ਓਪਰੇਸ਼ਨ ਸੀਗੇ, ਔਰ ਜੇ ਦੁਬਾਰਾ ਕਿਤੇ ਇਹੋ ਜਿਹੀ ਕੋਈ ਹਾਲਾਤ ਹੋਣਗੇ, ਵੈਸੇ ਠੀਕ ਹੈ ਸਾਰਿਆਂ ਦੇ ਖਿਆਲ ਚੰਗੇ ਹੈ, ਲੇਕਿਨ ਸਾਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਹਾਲਾਤ ਆਉਣ ਵਾਲੇ। ਦੇਸ਼ 'ਚ ਰੌਣਕਾਂ ਰਹਿਣਗੀਆਂ ਕਿ ਰਹਿਣਗੀਆਂ ਤੁਹਾਡੇ ਚਿਹਰੇ? ਦੇਸ਼ ਦੇ ਵਿੱਚ ਰੌਣਕਾਂ ਤਾਂ ਹੈ ਹੀ ਨੇ, ਜੇ ਉਹ ਭਾਰਤੀ ਜਨਤਾ ਪਾਰਟੀ ਔਰ NDA ਦੀ ਸਰਕਾਰ ਨੂੰ ਲੈ ਕੇ ਆਉਂਦੇ ਨੇ ਤਾਂ ਦੇਸ਼ ਦੇ ਰੌਣਕਾਂ ਹੀ ਹੋਣੀਆਂ, ਕਿਉਂਕਿ ਲੋਕਾਂ ਦੀ ਇੱਛਾ ਦੇ ਮੁਤਾਬਕ ਸਾਰਾ ਕੁਝ ਹੋ ਰਿਹਾ, ਅਤੇ ਇਸ ਕਰਕੇ ਰੌਣਕਾਂ ਆਉਣੀਆਂ ਤਾਂ ਲਾਜ਼ਮੀ। ਹਰਜੀਤ ਸਿੰਘ ਇੰਗਰਾ, ਤੁਸੀਂ ਵਾਰ ਵਾਰ ਫਿਰ ਖਦਸ਼ਾ ਕਿਉਂ ਜਤਾ ਰਹੇ ਹੋ ਕਿ BJP ਦੁਬਾਰਾ ਆ ਗਈ ਤਾਂ ਦੇਸ਼ ਬਰਬਾਦ ਹੋ ਜੂਗਾ, ਤੁਹਾਨੂੰ ਕੋਈ ਸ਼ੱਕ ਹੈ? ਦੇਖੋ, ਇਹ ਭਾਰਤ ਦੇ ਲੋਕਾਂ ਦਾ ਮੈਂਡੇਟ ਹੈ ਸਿਰ ਮੱਥੇ 'ਤੇ, ਉਹ BJP ਨੂੰ ਲਿਆਉਣ, ਉਹ ਕਾਂਗਰਸ ਨੂੰ ਲਿਆਉਣ, ਲੋਕਾਂ ਦਾ ਮੈਂਡੇਟ ਲੋਕ ਰਾਜ ਦੇ ਵਿੱਚ ਸਿਰ ਮੱਥੇ 'ਤੇ, ਸਿਰ ਮੱਥੇ 'ਤੇ ਮੰਨਣਾ ਪਏਗਾ। ਇਹ ਲੋਕ ਰਾਜ ਹੈ ਸਾਡਾ, ਸਾਡੀ ਇੱਕੋ ਹੀ ਇੱਛਾ ਹੈ ਕਿ ਇਹ ਲੋਕ ਰਾਜ ਇਸੇ ਤਰ੍ਹਾਂ ਕਾਇਮ ਰਵੇ, ਇਹਦੀਆਂ ਕੋਈ ਇੱਟਾਂ ਨਾ ਪੱਟੇ, ਔਰ ਕੋਈ ਕੋਸ਼ਿਸ਼ ਨਾ ਕਰੇ ਕਿ ਲੋਕ ਰਾਜ ਦੇ ਡਾਟ ਦਾ ਕੀ ਸਟੋਨ ਪੱਟਣ ਦੀ ਕੋਸ਼ਿਸ਼ ਕਰੇ ਕੋਈ। ਡਾਟ ਡਿੱਗ ਪੂਗਾ, ਔਰ ਡਾਟ ਡਿੱਗਿਆ ਤਾਂ ਕਈ ਵਾਰੀ ਪੱਟਣ ਵਾਲੇ ਦੇ ਉੱਤੇ ਡਿੱਗ ਪੈਂਦਾ ਹੁੰਦਾ, ਇਹ ਖਿਆਲ ਰੱਖਣ ਦੀ ਗੱਲ ਹੈ। ਬਾਕੀ ਕੋਈ ਗੱਲ ਨਹੀਂ ਹੈ, ਲੋਕ ਰਾਜ ਜਿੱਡਾ ਤਕੜਾ ਹੋਊਗਾ ਅਸੀਂ ਖੁਸ਼ ਹਾਂ। ਭਾਰਤ ਦੇ ਲੋਕਾਂ ਦਾ ਜੋ ਮੈਂਡੇਟ ਹੋਏਗਾ, ਕਾਂਗਰਸ ਪਾਰਟੀ, ਹਰਦੀਪ ਸਿੰਘ ਕਿੰਗਰਾ, ਸਾਰਾ ਜਿਹੜਾ ਭਾਰਤ ਹੈ ਉਹਨੂੰ ਸਿਰ ਮੱਥੇ 'ਤੇ ਮੰਨੇਗਾ, ਸਿਰ ਮੱਥੇ 'ਤੇ ਮੰਨਣਾ ਚਾਹੀਦਾ, ਠੀਕ ਹੈ, ਚੰਗਾ ਲੱਗੇ ਚਾਹੇ ਨਾ ਲੱਗੇ। ਠੀਕ ਹੈ, ਮਨਦੀਪ ਸਿੰਘ ਬਾਜਵਾ ਇਹ ਕਹਿ ਰਹੇ ਕਿ ਜੋ ਭਾਰਤ ਦਾ ਮੈਂਡੇਟ ਹੈ ਸਾਰਿਆਂ ਨੂੰ ਮੰਨਣਾ ਚਾਹੀਦਾ ਹੈਗਾ। ਭਾਰਤ ਦਾ ਮੈਂਡੇਟ ਤਾਂ ਇਹ ਕਹਿੰਦਾ ਹੈਗਾ ਕਿ ਭਾਰਤ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਰਾਸ਼ਟਰਵਾਦ ਕੀ ਹੁੰਦਾ, ਮਨਦੀਪ ਸਿੰਘ ਬਾਜਵਾ, ਅਤੇ ਸਾਡੇ ਤਾਂ ਹੁਣ ਇੱਥੇ ਦੱਸਿਆ ਜਾਣ ਲੱਗ ਪਿਆ ਕਿ ਰਾਸ਼ਟਰਵਾਦ ਕੀ ਹੁੰਦਾ। ਖਾਸ ਕਰਕੇ ਪੰਜਾਬ ਤਾਂ ਇਹ ਸਵਾਲ ਪੁੱਛਦਾ ਕਿ ਸਾਨੂੰ ਕੋਈ ਨਾ ਸਮਝਾਵੇ ਕਿ ਰਾਸ਼ਟਰਵਾਦ ਕੀ ਹੁੰਦਾ। ਬਿਲਕੁਲ ਸਹੀ ਗੱਲ ਹੈ ਜੀ, ਜੇ ਲੋਕ ਸ਼ਕਤੀ ਦਾ ਇੱਕ ਪ੍ਰਤੀਕ ਹੈਗਾ, ਲੋਕ ਸ਼ਕਤੀ ਦੀ ਨੇ ਆਪਣਾ ਕੰਮ ਵਿਖਾਇਆ, ਅਤੇ ਉਹ ਜਿਹੜਾ ਫੈਸਲਾ ਹੈ ਉਹ ਸਾਰਿਆਂ ਨੂੰ ਮੰਨਣਾ ਚਾਹੀਦਾ, ਉਹ ਮੰਨਣਗੇ ਵੀ ਸਿੰਘ। ਬਾਕੀ ਇਹ ਗੱਲ ਰਾਸ਼ਟਰਵਾਦ ਦੀ ਗੱਲ ਹੈਗੀ, ਰਾਸ਼ਟਰਵਾਦ ਹਿੰਦੁਸਤਾਨੀ ਨੂੰ ਦੱਸਣ ਦੀ ਲੋੜ ਹੀ ਨਹੀਂ, ਇਹ ਹੁਣ 72 ਸਾਲਾਂ ਤੋਂ ਛੱਡ ਕੇ ਉਸ ਤੋਂ ਪਹਿਲਾਂ ਕਈ 100 ਸਾਲ ਪਹਿਲਾਂ ਰਾਸ਼ਟਰਵਾਦ ਦਾ ਜਿਹੜਾ ਨਾਰਾ ਚੁੱਕ ਕੇ ਅਤੇ ਆਜ਼ਾਦੀ ਲੜਾਈ ਲੜੀ ਗਈ ਹੈ, ਜਿਹੜਾ ਬਰਮਾ ਦੇ ਜੰਗਲਾਂ ਵਿੱਚ INA ਕਿਉਂ ਲੜਦੀ ਰਹੀ ਹੈ ਰਾਸ਼ਟਰਵਾਦ ਨੂੰ ਲੈ ਕੇ, ਜਿਹੜੇ ਸਾਡੇ ਫੌਜੀ ਦੂਜੇ ਮੁਲਕਾਂ 'ਚ ਲੜਦੇ ਰਹੇ ਨੇ ਉਹ ਵੀ ਰਾਸ਼ਟਰਵਾਦ ਦਾ ਨਾਰਾ ਲੈ ਕੇ ਲੜੇ ਸੀਗੇ, ਅਤੇ ਜਿਹੜੀ ਆਪਣਾ ਆਜ਼ਾਦੀ ਦੇ ਗੁਲਾਟੀਏ ਸੀਗੇ ਉਹ ਵੀ ਰਾਸ਼ਟਰਵਾਦ ਦਾ ਨਾਰਾ ਚੁੱਕੇ ਅਤੇ ਜੇਲ੍ਹਾਂ 'ਚ ਗਏ ਆ, ਪੁਲਿਸ ਡਾਂਗਾਂ ਖਾਈਆਂ, ਪੁਲਿਸ ਦੀ ਗੋਲੀਆਂ ਦੇ ਸ਼ਿਕਾਰ ਹੋਏ ਨੇ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਉਹ ਵੀ ਰਾਸ਼ਟਰਵਾਦ ਪਿੱਛੇ ਹੀ ਤਾਂ ਉਹਨਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ। ਹੁਣ ਸਾਨੂੰ ਦੱਸਿਆ ਜਾ ਰਿਹਾ ਕਿ ਵੀ ਇਹ ਰਾਸ਼ਟਰਵਾਦ ਸਾਡੇ ਤੋਂ ਲਓ ਜਾਂ ਇਹ ਜਿਹੜਾ ਤੁਹਾਡਾ ਰਾਸ਼ਟਰਵਾਦ ਗਲਤ ਹੈ ਅਤੇ ਅਸੀਂ ਅਸਲੀ ਰਾਸ਼ਟਰਵਾਦੀ ਹਾਂ, ਇਹ ਗੱਲ ਜਿਹੜੀ ਹੈ ਨਾ ਇਹ ਗਵਾਰਾ ਨਹੀਂ ਹੈਗੀ। ਬਾਕੀ ਜੇ ਰਹਿ ਗਈ ਆਪਣੀ ਗੱਲ ਪੰਜਾਬ ਦੀ, ਤਾਂ ਪੰਜਾਬ ਨੂੰ ਕੌਣ ਰਾਸ਼ਟਰਵਾਦ ਬਾਰੇ ਦੱਸ ਸਕਦਾ? ਜਦੋਂ ਵੀ ਕਦੇ ਦੇਸ਼ 'ਤੇ ਸੰਕਟ ਆਈ ਆ, ਜਦੋਂ ਵੀ ਕੋਈ ਖਤਰਾ ਆਇਆ, ਸਭ ਤੋਂ ਵੱਡਾ, ਸਭ ਤੋਂ ਅੱਗੇ ਪੰਜਾਬ ਰਹਿੰਦਾ ਰਿਹਾ। ਹੁਣ ਵੀ ਮੈਨੂੰ ਯਾਦ ਹੈ 2002 'ਚ ਓਪਰੇਸ਼ਨ ਪਰਾਕ੍ਰਮ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਪਾਰਲੀਮੈਂਟ ਦੇ ਹਮਲੇ ਤੋਂ ਬਾਅਦ, ਅਤੇ ਉਦੋਂ ਫੌਜ ਜਦੋਂ ਸਰਹੱਦਾਂ 'ਤੇ ਗਈ ਹੈ ਅਤੇ ਉੱਥੇ ਪਿੰਡਾਂ 'ਚ ਲੋਕ ਇਹ ਕਹਿੰਦੇ ਸੀਗੇ ਵੀ ਆਰ ਪਾਰ ਦੀ ਲੜਾਈ, ਐਤਕੀ ਪਾਕਿਸਤਾਨ ਦਾ ਕਿੱਸਾ ਖਤਮ ਕਰਕੇ ਜਾਓ, ਆਰ ਪਾਰ ਦੀ ਲੜਾਈ, ਆਰ ਹਰ ਇੱਕ ਪਿੰਡ 'ਚ ਇਹੀ ਗੱਲ ਹੁੰਦੀ ਸੀ, ਆਰ ਪਾਰ ਦੀ ਲੜਾਈ, ਆਰ ਪਾਰ ਦੀ ਲੜਾਈ। ਮਗਰ ਅਫਸੋਸ ਹੈ ਕਿ ਉਸ ਮੌਜੂਦਾ ਉਸ ਵੇਲੇ ਦੀ ਸਰਕਾਰ ਨੇ ਸਵਾਏ ਫੌਜ ਨੂੰ ਸਰਹੱਦਾਂ 'ਤੇ ਤੈਨਾਤ ਕਰਦੇ ਉਸ ਤੋਂ ਅੱਗੇ ਕੁਛ ਨਹੀਂ ਕੀਤਾ। ਚਲੋ ਥੋੜ੍ਹਾ ਜਿਹਾ ਅਪਡੇਟ ਦੇ ਦਈਏ ਦਰਸ਼ਕਾਂ ਨੂੰ, ਪੰਜਾਬ ਦੇ ਵਿੱਚ ਦੋ ਰੁਝਾਨ ਸਾਡੇ ਕੋਲ ਆ ਚੁੱਕੇ, ਇੱਕ ਸੀਟ 'ਤੇ BJP ਅੱਗੇ ਚੱਲਦੀ ਪਈ, ਇੱਕ ਸੀਟ 'ਤੇ ਕਾਂਗਰਸ ਅੱਗੇ ਚੱਲਦੀ ਪਈ ਆ, ਕਾਂਗਰਸ ਦੇ ਕੈਂਡੀਡੇਟ ਪ੍ਰਨੀਤ ਕੌਰ ਅੱਗੇ ਚੱਲਦੇ ਪਏ ਆ। ਹਾਂਜੀ ਗਗਨ, ਬ੍ਰਿਗੇਡ ਕਾਲੋ, ਇਹ ਰਾਸ਼ਟਰਵਾਦ ਇਸ ਵੇਲੇ ਕੋਈ ਲੋੜ ਸੀਗੀ? ਜਿਸ ਤਰੀਕੇ ਨਾਲ ਪੂਰੇ ਇਲੈਕਸ਼ਨ ਨੂੰ ਜਿਸ ਤਰੀਕੇ ਨਾਲ ਇੱਕ ਡਾਇਲੋਗ ਦੇ ਦਿੱਤਾ ਗਿਆ, ਕੈਂਪੇਨ ਨੂੰ ਇੱਕ ਡਾਇਲੋਗ ਦੇ ਦਿੱਤਾ ਗਿਆ ਕਿ ਰਾਸ਼ਟਰਵਾਦ ਦੇ ਮੁੱਦੇ 'ਤੇ ਲੜਿਆ ਜਾਵੇ, ਦੇਸ਼ ਭਗਤੀ ਦੇ ਮੁੱਦੇ ਲੜਿਆ ਜਾਵੇ, ਦੇਸ਼ ਨੂੰ ਸੁਰੱਖਿਅਤ ਹੱਥਾਂ ਵਿੱਚ ਰੱਖਣਾ, ਇਹ ਸਾਰਾ ਜਿਹੜਾ ਡਾਇਲੋਗ ਸੀਗਾ ਪੂਰੇ ਇਲੈਕਸ਼ਨ ਦੌਰਾਨ, ਇਸ ਦੀ ਕੋਈ ਲੋੜ ਲੱਗ ਰਹੀ ਸੀ ਇਸ ਇਲੈਕਸ਼ਨ ਵਿੱਚ? ਇਹ ਤਾਂ ਬਿਲਕੁਲ ਲੋੜ ਨਹੀਂ ਸੀਗੀ, ਲੋੜ ਇਹਨਾਂ ਨੇ ਕਿਉਂ ਮਹਿਸੂਸ ਕੀਤੀ? ਜੇ ਕੋਈ ਬੇਇਨਸਾਫੀ ਦੇ ਖਿਲਾਫ ਜਾਂ ਕੋਈ ਇੱਕ ਇੱਕ ਓਪੋਜ਼ਿੰਗ ਦੀ ਆਈਡੀਆਸ
ਤੇ ਕੋਈ ਆਵਾਜ਼ ਬੁਲੰਦ ਕਰਦਾ ਹੈ ਜਾਂ ਕੋਈ ਮਿਨੋਰਿਟੀ ਕਮਿਊਨਿਟੀਜ਼ ਵਾਲਾ ਕੋਈ ਆਪਣੇ ਮੁੱਦੇ ਪੇਸ਼ ਕਰਦਾ ਜਾਂ ਉਹ ਕਹਿੰਦਾ ਕਿ ਭਾਈ ਤੁਸੀਂ ਮਹਾਤਮਾ ਗਾਂਧੀ ਨੂੰ ਕਿਉਂ ਬਲੇਮ ਕਰਦੇ ਹੋ ਜਿਹਨੇ ਇੰਨਾ ਸਭ ਕੁਝ ਕੁਰਬਾਨ ਕੀਤਾ ਅਤੇ ਉਹਨੂੰ ਤਾਂ ਫਿਰ ਇਹ ਰਾਸ਼ਟਰਵਾਦੀ ਗੈ ਇਹ ਰਾਸ਼ਟਰਵਾਦੀ ਨਹੀਂ ਰਾਸ਼ਟਰਵਾਦ ਦਾ ਨਮੂਨਾ ਮੈਂ ਪੰਜਾਬ ਦੀ ਅਗਰ ਗੱਲ ਕਰਾਂ ਪੈਣ ਦੇ ਵਿੱਚ ਸਿਰਫ ਫੌਜ ਨਹੀਂ ਉਹ ਪਿੰਡ ਵਾਸੀਆਂ ਨੂੰ ਉਹਨਾਂ ਮਾਵਾਂ ਨੂੰ ਉਹ ਜਿਨ੍ਹਾਂ ਨੇ ਕਿ ਰੋਟੀਆਂ ਬਣਾ ਬਣਾ ਕੇ ਲੰਗਰਾਂ 'ਚ ਅੱਗੇ ਭੇਜੀਆਂ ਉਹ ਹੈ ਰਾਸ਼ਟਰਵਾਦ ਟਰੱਕਾਂ ਵਾਲੇ ਉੱਥੇ ਆਏ ਉਹ ਸਾਜੋ ਸਮਾਨ ਅਮਨੀਸ਼ਨ ਢੋਂਦੇ ਰਹੇ ਜੇਕਰ ਜਦੋਂ ਵੀ ਦੇਸ਼ ਨੂੰ ਵੰਗਾਰਿਆ ਕਿਸੇ ਵੀ ਵਿਦੇਸ਼ੀ ਸ਼ਕਤੀਆਂ ਨੇ ਤਾਂ ਉਦੋਂ ਪੂਰੇ ਦੇਸ਼ ਵਾਸੀਆਂ ਖਾਸ ਤੌਰ 'ਤੇ ਪੰਜਾਬ 'ਤੇ ਪਹਿਲਾਂ ਅਨਡਿਵਾਈਡਡ ਪੰਜਾਬ 'ਤੇ ਹਮਲੇ ਹੁੰਦੇ ਰਹੇ ਅਤੇ ਸਾਰੇ ਇੱਕਜੁੱਟ ਹੋ ਕੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਸਭ ਤੋਂ ਜ਼ਿਆਦਾ ਕੁਰਬਾਨੀਆਂ ਅਗਰ ਆਜ਼ਾਦੀ ਵਾਸਤੇ ਜੇ ਕਿਸੇ ਨੇ ਦਿੱਤੀਆਂ ਨੇ ਤਾਂ ਉਹ ਸਭ ਤੋਂ ਜ਼ਿਆਦਾ ਪੰਜਾਬੀਆਂ ਨੇ ਦਿੱਤੀਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਆਜ਼ਾਦੀ ਲੈਣਾ ਇੱਕ ਪਹਿਲੂ ਮਗਰ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਫੌਜ ਨੇ ਕੁਰਬਾਨੀਆਂ ਦਿੱਤੀਆਂ ਨੇ ਤਕਰੀਬਨ 20,000 ਫੌਜੀ 47 ਤੋਂ ਲੈ ਕੇ ਮੈਂ ਸਿਰਫ ਕਾਰਗਿਲ ਦੇ ਟਾਈਮ ਦੀ ਗੱਲ ਕਰਦੀ ਹਾਂ ਜਿਹੜੇ ਕਿ ਡੇਟੇ ਸਾਡੇ ਕੋਲ ਹੈਗੇ ਨੇ ਉਹ ਫੌਜ ਨੇ ਕੁਰਬਾਨੀਆਂ ਦਿੱਤੀਆਂ 34-35,000 ਜ਼ਖਮੀ ਹੋ ਗਏ ਕਈ ਅਭੀ ਹਾਲੇ ਵੀ ਜਿਹੜੇ ਕਿ 54 ਜੰਗੀ ਕੈਦੀ ਸਨ ਉਹ ਉੱਥੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਹੀ ਖੱਜਲ ਖੁਆਰ ਹੋ ਗਏ ਅਤੇ ਉਹ ਰਾਸ਼ਟਰ ਦੀ ਖਾਤਰ ਦੇਸ਼ ਦੀ ਏਕਤਾ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਖਾਤਰ ਅੱਜ ਗੱਲ ਹੋ ਰਹੀ ਹੈ ਅੱਜ ਗੱਲ ਹੋ ਰਹੀ ਹੈ ਕਿ ਭਾਈ ਇਹ ਕੋਈ ਆਵਾਜ਼ ਬੁਲੰਦ ਕਰਦਾ ਹੱਕ ਹਾਸਲ ਹੈ ਜੇ ਕੋਈ ਇੱਕ ਪਾਲਿਸੀ ਮੋਦੀ ਦੀ ਪਾਲਿਸੀ ਨਾ ਲੈ ਕੇ ਦੱਸ ਦਿਆਂ ਤੇ ਉਹ ਥੋੜੇ ਅਪਡੇਟ ਦੇ ਦਈਏ ਹਿਮਾਚਲ 'ਚ ਇੱਕ ਸੀਟ 'ਤੇ ਅੱਗੇ ਚੱਲ ਰਹੀ ਹੈ ਬੀਜੇਪੀ ਹਰਿਆਣਾ 'ਚ ਵੀ ਇੱਕ ਸੀਟ 'ਤੇ ਅੱਗੇ ਚੱਲਦੀ ਪਈ ਬੀਜੇਪੀ ਅੱਗੇ ਚੱਲਦੀ ਪਈ ਇਹਦੀਆਂ ਖਬਰਾਂ ਆ ਰਹੀਆਂ ਸਾਡੇ ਕੋਲ ਵਾਰ ਵਾਰ ਜਗਨ ਬਿਲਕੁਲ ਇਸ ਵੇਲੇ ਜਿਹੜਾ ਸ਼ੁਰੂਆਤੀ ਰੁਝਾਨ ਹੈ ਇਹ ਅਸੀਂ ਆਪਣੇ ਦਰਸ਼ਕਾਂ ਨੂੰ ਦੱਸੀਏ ਕਿ ਰੁਝਾਨ ਜਿਹੜੇ ਹੁੰਦੇ ਉਹ ਟ੍ਰੈਂਡ ਜਿਹੜੇ ਹੁੰਦੇ ਉਹ ਜਿਵੇਂ ਜਿਵੇਂ ਵੋਟਿੰਗ ਅੱਗੇ ਅੱਗੇ ਚੱਲ ਜਾਏਗੀ ਕਾਊਂਟਿੰਗ ਜਿਹੜੀ ਅੱਗੇ ਚੱਲਦੀ ਜਾਏਗੀ ਜਿੰਨੇ ਰਾਊਂਡ ਅੱਗੇ ਚੱਲਦੇ ਜਾਣਗੇ ਉਸ ਦੇ ਵਿੱਚ ਫਰਕ ਵੀ ਜਿਹੜਾ ਹੈਗਾ ਉਹ ਵੀ ਪੈ ਸਕਦਾ ਅੱਗੇ ਵਾਲੇ ਪਿੱਛੇ ਵੀ ਹੋ ਸਕਦੇ ਪਿੱਛੇ ਵਾਲੇ ਅੱਗੇ ਵੀ ਜਾ ਸਕਦੇ ਆ ਪਰ ਸ਼ੁਰੂਆਤੀ ਰੁਝਾਨ ਜਿਹੜੇ ਆ ਰਹੇ ਉਸ ਦੇ ਵਿੱਚ ਕਿਤੇ ਨਾ ਕਿਤੇ ਵਾਧਾ ਮਿਲਦਾ ਨਜ਼ਰ ਆ ਰਿਹਾ ਬੀਜੇਪੀ ਨੂੰ ਹਰਜੀਤ ਭੁੱਲਰ ਰਾਸ਼ਟਰਵਾਦ ਦੀ ਲੋੜ ਨਹੀਂ ਸੀ ਔਰ ਉਸ ਦੇ ਬਾਵਜੂਦ ਸਾਰਾ ਇਲੈਕਸ਼ਨ ਤੁਹਾਡੀ ਪਾਰਟੀ ਰਾਸ਼ਟਰਵਾਦ ਦੇ ਮੁੱਦੇ 'ਤੇ ਲੜਦੀ ਹੈ ਬਾਕੀ ਇਸ਼ੂਜ਼ ਕਿਤੇ ਮਿਸਿੰਗ ਜੇ ਨਜ਼ਰ ਆਏ ਦੇਖੋ ਗੱਲ ਪੂਰੇ ਦੇ ਪੂਰੇ ਇਲੈਕਸ਼ਨ ਵਿੱਚ ਗੱਲ ਇਸ ਤਰ੍ਹਾਂ ਹੈ ਕਿ ਰਾਸ਼ਟਰਵਾਦ ਨੂੰ ਸ਼ਾਇਦ ਅਸੀਂ ਇੱਕੋ ਕੇਂਦਰ ਬਿੰਦੂ ਕਰ ਲਿਆ ਹੈਗਾ ਕਿ ਰਾਸ਼ਟਰਵਾਦ ਸਿਰਫ ਬਾਰਡਰ ਹੈ ਇਕੱਲਾ ਬਾਰਡਰ ਨਹੀਂ ਹੈ ਪੰਜਾਬ 'ਚ ਰਾਸ਼ਟਰਵਾਦ ਅਸੀਂ ਗਿਣਦੇ ਹਾਂ ਜਦੋਂ ਸਾਡੀ ਅੰਗਰੇਜ਼ਾਂ ਨਾਲ ਲੜਾਈ ਹੋਈ ਦੇਸ਼ ਦੀ ਆਜ਼ਾਦੀ ਹੋਈ ਰਾਸ਼ਟਰਵਾਦ ਤਾਂ ਗੁਰੂ ਗੋਬਿੰਦ ਸਿੰਘ ਦੇ ਟਾਈਮ ਵੀ ਸੀਗੇ ਰਾਸ਼ਟਰਵਾਦ ਤਾਂ ਉਸ ਤੋਂ ਪਹਿਲਾਂ ਵੀ ਸੀਗਾ ਜਦੋਂ ਜਿਹੜੇ ਬਾਕੀ ਰਾਜੇ ਸੀ ਸਿਰਫ ਆਪਣੇ ਜਿਹੜੇ ਰਿਆਸਤਾਂ ਸੀ ਉਹਨਾਂ ਨੂੰ ਬਚਾਉਂਦੇ ਸੀਗੇ ਔਰ ਪੰਜਾਬ ਐਸੀ ਐਸੀ ਜਗ੍ਹਾ ਸੀ ਜਿਹੜਾ ਇਹ ਵਾਲਾ ਬਾਰਡਰ ਏਰੀਆ ਐਸਾ ਸੀਗਾ ਜਿਹੜਾ ਪੰਜਾਬ ਵਿੱਚ ਰਾਸ਼ਟਰਵਾਦ ਚੱਲਣੀ ਨਾ ਭੁੱਲਰ ਸਾਹਿਬ ਬੜਾ ਸਿੰਪਲ ਜਿਹਾ ਸਵਾਲ ਹੈ ਮੇਰਾ ਪੰਜਾਬ ਵਿੱਚ ਨਹੀਂ ਭੁੱਲਰ ਸਾਹਿਬ ਸਿੰਪਲ ਜਿਹਾ ਸਵਾਲ ਹੈ ਪੰਜਾਬ ਵਿੱਚ ਤੁਹਾਡਾ ਰਾਸ਼ਟਰਵਾਦ ਦਾ ਨਾਰਾ ਨਹੀਂ ਚੱਲਿਆ ਮੈਂ ਕਹਿੰਦਾ ਨਹੀਂ ਸਾਰੇ ਹਿੰਦੁਸਤਾਨ ਚੱਲਿਆ ਔਰ ਹਰ ਘਰ ਦੇ ਵਿੱਚ ਪੰਜਾਬ ਵਿੱਚ ਚੱਲਿਆ ਨਹੀਂ ਚੱਲਿਆ ਭੁੱਲਰ ਸਾਹਿਬ ਪੰਜਾਬ ਵਿੱਚ ਚੱਲਿਆ ਨਹੀਂ ਚੱਲਿਆ ਭੁੱਲਰ ਸਾਹਿਬ ਪੰਜਾਬ ਵਿੱਚ ਚੱਲਿਆ ਨਹੀਂ ਚੱਲਿਆ ਮੈਂ ਬੜਾ ਸਿੰਪਲ ਸਵਾਲ ਕਰਦਾ ਪੰਜਾਬੀ ਤੁਹਾਨੂੰ ਦੇਦੇ ਪਏ ਪੰਜਾਬ ਵਿੱਚ ਪੰਜਾਬ ਵਿੱਚ ਰਾਸ਼ਟਰਵਾਦ ਨਾਰਾ ਚੱਲਿਆ ਕਿ ਨਹੀਂ ਚੱਲਿਆ ਤੁਸੀਂ ਗੱਲ ਕਰਨ ਦੋਗੇ ਕਿ ਨਹੀਂ ਦੋਗੇ ਮੇਰਾ ਸਿੰਪਲ ਸਵਾਲਾਂ ਦਾ ਜਵਾਬ ਦੇ ਦਿਓ ਜਵਾਬ ਤਾਂ ਦੇਣ ਦੋ ਹਾਂ ਬੋਲੋ ਤੁਸੀਂ ਸਵਾਲ 'ਚੋਂ ਸਵਾਲ ਕੱਢਣ ਦੀ ਕੋਸ਼ਿਸ਼ ਕਰਦੇ ਹੋ ਪਹਿਲਾਂ ਜਵਾਬ ਸੁਣ ਲਓ ਉਸ ਤੋਂ ਬਾਅਦ ਸਵਾਲ ਕਰ ਲਓ ਪੰਜਾਬ ਦੇ ਵਿੱਚ ਮੈਂ ਸਿੰਪਲ ਸਵਾਲ ਕਰ ਰਿਹਾ ਕਿ ਪੰਜਾਬ ਦੇ ਠੋਕ ਕੇ ਰਾਸ਼ਟਰਵਾਦ ਦਾ ਨਾਰਾ ਚੱਲਿਆ ਇਟਸ ਕੋਈ ਡਾਊਟ ਨਹੀਂ ਹੈ ਕਿਉਂਕਿ ਰਾਸ਼ਟਰਵਾਦ ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਵਿੱਚ ਹੈ ਔਰ ਰਾਸ਼ਟਰਵਾਦ ਇਕੱਲਾ ਬਾਰਡਰ ਉੱਤੇ ਨਹੀਂ ਹੈ ਰਾਸ਼ਟਰਵਾਦ ਤੁਹਾਡੇ ਘਰ ਦੀ ਸਫਾਈ 'ਚ ਵੀ ਹੈ ਰਾਸ਼ਟਰਵਾਦ ਤੁਸੀਂ ਸਿਰਫ ਬਾਰਡਰ ਤੇ ਲਿਆ ਕੇ ਖੜਾ ਕਰਤਾ ਚਾਹੇ ਓਪੋਜੀਸ਼ਨ ਹੈ ਚਾਹੇ ਤੁਸੀਂ ਮੀਡੀਆ ਹੋ ਰਾਸ਼ਟਰਵਾਦ ਅੱਜ ਹਰ ਚੀਜ਼ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਨੇ ਐਨਡੀਏ ਨੇ ਰਾਸ਼ਟਰਵਾਦ ਨੂੰ ਸਫਾਈ ਤੋਂ ਲੈ ਕੇ ਔਰ ਫੌਜ ਤੱਕ ਹਰ ਜਗ੍ਹਾ 'ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰਾਸ਼ਟਰਵਾਦ ਉਹ ਵੀ ਹੈ ਕਿ ਜਿਹੜਾ ਤੁਸੀਂ ਗੰਦ ਪਾਉਂਦੇ ਹੋ ਸਵੱਛਤਾ ਜਿਹੜੀ ਹੈਗੀ ਹੈ ਉਹਨੂੰ ਵੀ ਰਾਸ਼ਟਰਵਾਦ 'ਚ ਲੈ ਕੇ ਆਓ ਆਪਣੇ ਦੇਸ਼ ਦੇ ਪ੍ਰਤੀ ਇੱਕ ਨਿਸ਼ਠਾ ਰੱਖੋ ਕਿ ਦੇਸ਼ ਨੂੰ ਸਾਫ਼ ਵੀ ਰੱਖਣਾ ਹੈ ਦੇਸ਼ ਦੇ ਦਰਖਤ ਵੀ ਲਾਉਣੇ ਹੈ ਦੇਸ਼ ਦੇ ਪ੍ਰਤੀ ਤੁਹਾਡਾ ਇੱਕ ਪਿਆਰ ਹੋਣਾ ਚਾਹੀਦਾ ਦੇਸ਼ ਦੇ ਪ੍ਰਤੀ ਤੁਹਾਡਾ ਇੱਕ ਵਿਸ਼ਵਾਸ ਹੋਣਾ ਚਾਹੀਦਾ ਲੇਕਿਨ ਇੱਥੇ ਹਾਲਾਤ ਇਹ ਨੇ ਸਾਡੇ ਦੇਸ਼ ਦੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਨਿਸ਼ਠਾ ਨਹੀਂ ਰੱਖਦੇ ਦੇਸ਼ ਦੇ ਅਗੇਂਸਟ ਹੀ ਬੋਲਦੇ ਨੇ ਉਹਦੇ ਖਿਲਾਫ਼ ਬੋਲਦੇ ਨੇ ਹਮੇਸ਼ਾ ਚਾਹੇ ਕੋਈ ਚੀਜ਼ ਚੰਗੀ ਹੁੰਦੀ ਹੈ ਉਹਨਾਂ ਦੇ ਮੂੰਹ 'ਚੋਂ ਕਦੇ ਇਹ ਨਹੀਂ ਨਿਕਲਦਾ ਚੰਗਾ ਕੀਤਾ ਗਿਆ ਹਮੇਸ਼ਾ ਉਹਨਾਂ ਨੂੰ ਵੀ ਮਾੜ ਨਜ਼ਰ ਆਉਂਦੀ ਹੈ ਅਗਰ ਅੱਜ ਸਾਫ਼ ਸੁਥਰੇ ਤਰੀਕੇ ਨਾਲ ਇਲੈਕਸ਼ਨਾਂ ਹੋਈਆਂ ਅੱਜ ਵੈਸਟ ਬੰਗਾਲ ਦੇ ਦੰਗੇ ਫਸਾਦ ਕੀਤੇ ਗਏ ਕੋਈ ਵੀ ਇਹ ਕਹਿਣ ਨੂੰ ਤਿਆਰ ਨਹੀਂ ਕਿ ਉੱਥੇ ਮਮਤਾ ਬੈਨਰਜੀ ਜਿਹੜੀ ਹੈ ਗਲਤ ਕਰ ਰਹੀ ਹੈਗੀ ਹੈ ਅੱਜ ਇੱਕ ਕੰਟਰੀ ਦੇ ਵਿੱਚ ਇੱਕ ਹੋਰ ਕੰਟਰੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾ ਰਹੀ ਹੈ ਉੱਥੇ ਕੋਈ ਓਪੋਜੀਸ਼ਨ ਦਾ ਬੰਦਾ ਜਾਂ ਕੋਈ ਬੁੱਧੀਜੀਵੀ ਬੋਲਣ ਨੂੰ ਤਿਆਰ ਨਹੀਂ ਕਿ ਉੱਥੇ ਆਹ ਚੀਜ਼ ਕੀਤੀ ਜਾ ਰਹੀ ਹੈ ਲੇਕਿਨ ਉਸ ਤਰ੍ਹਾਂ ਰਾਸ਼ਟਰਵਾਦ ਦਾ ਨਾਰਾ ਲਾਉਂਦੇ ਉੱਥੇ ਰਾਸ਼ਟਰਵਾਦ ਕਿੱਥੇ ਚਲਾ ਜਾਂਦਾ
पछमी बंगाल जी हिंसा की तुम गल कर रहे हो हरजीत भुल्लर, पछमी बंगाल हिंसा के लिए सिर्फ ममता बैनर्जी जिम्मेवार है, सिर्फ ममता बैनर्जी। देखो जिद्दन ममता बैनर्जी उत्थे लड़ाई लड़ रही थी अपने होंद बनाने लिए उत्थे उस टाइम भी यही हालात सी, लेकिन उदो करन वाले दूसरे सी, अज फिर उही हालात ने, हुण बीजेपी अपनी होंद बनाने लिए लड़ाई लड़ रही है, अज भी उही हालात उत्थे आउण दी कोशिश कर रहे हैं, हालात उही ने सिर्फ चेहरे चेंज होए ने। हरजीत भुल्लर अज बीजेपी अपनी होंद बनाने लिए लड़ाई लड़ रही है उत्थे तां भी यही हालात ने, मर कौन रहा है बीजेपी दा वर्कर, मर कौन रहा है संघ दे कार्यकर्ता, टीएमसी दा तो कोई नहीं मर रहा, और मार कौन रहा है टीएमसी वाले, ਤੁਸੀਂ ਇਹ ਕਿਉਂ ਨਹੀਂ ਕਹਿਣਾ ਚਾਹੁੰਦੇ ਐਸੀ ਨੂੰ ਬੰਨਣਾ ਕਿਉਂ ਨਹੀਂ ਚਾਹੁੰਦੇ ਤੁਸੀਂ? ਠੀਕ ਹੈ ਹਰਦੀਪ ਗਰਾ ਮਮਤਾ ਬੈਨਰਜੀ ਜ਼ਿੰਮੇਵਾਰ ਹੈ ਹਿੰਸਾ ਦੇ ਲਈ? ਦੇਖੋ ਜੀ ਮਮਤਾ ਬੈਨਰਜੀ ਉਸ ਤਰ੍ਹਾਂ ਦੀ ਲੀਡਰ ਹੈ ਜਿਹਦੇ ਘਰੇ ਭਾਰਤ ਦੇ ਭੂਤਪੂਰਵ ਪ੍ਰਧਾਨ ਮੰਤਰੀ, ਬਹੁਤ ਹੀ ਅਹੁਦਾ ਉਹਨਾਂ ਦਾ ਸਟੈਚਰ ਜਿਹੜਾ ਹੈ ਉਹਦੇ ਨਾਲੋਂ ਵੀ ਉੱਚਾ ਸੀ, ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ, ਮੈਂ ਸਿਰ ਝੁਕਾਉਂਦਾ ਉਹਨਾਂ ਸਾਹਮਣੇ, ਚਾਹੇ ਉਹ ਬੀਜੇਪੀ ਦੇ ਲੀਡਰ ਸਨ, ਉਹ ਇੱਕ ਪਿਲਗ੍ਰੀਮੇਜ ਟਾਈਪ ਮਮਤਾ ਬੈਨਰਜੀ ਦੇ ਘਰੇ ਗਏ ਕਿ ਝੁੱਗੀਆਂ 'ਚ ਉੱਠੀ ਕਿੱਥੇ ਅਪੜੀ। ਬਹੁਤ ਘੱਟ ਸਿਆਸਤਦਾਨ ਨੇ ਜਿਨ੍ਹਾਂ ਦੀ ਪ੍ਰਸ਼ੰਸਾ ਅਟਲ ਬਿਹਾਰੀ ਵਾਜਪੇਈ ਜੀ ਨੇ ਕੀਤੀ ਹੈ, ਉਹਨਾਂ ਵਿੱਚੋਂ ਸਭ ਤੋਂ ਅੱਬਲ ਦਰਜੇ ਦੀ ਸਿਆਸਤਦਾਨ ਸ਼੍ਰੀਮਤੀ ਮਮਤਾ ਬੈਨਰਜੀ ਹੈ। ਅਤੇ ਅੱਜ ਜੇ ਬੀਜੇਪੀ ਮਮਤਾ ਬੈਨਰਜੀ ਨੂੰ ਗਾਲਾਂ ਕੱਢਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਗਾ ਕਿ ਮਮਤਾ ਬੈਨਰਜੀ ਬਦਲ ਗਈ ਹੈ, ਇਹ ਬੀਜੇਪੀ ਬਦਲ ਗਈ ਹੈ। ਤੁਹਾਡੇ ਲੀਡਰ ਉੱਥੇ, ਦੇਖੋ ਮੇਰੀ ਪੂਰਾ ਗੱਲ ਵੀ ਸੁਣ ਲਓ, ਜਿਸ ਇਨਸਾਨ ਤੁਹਾਡੇ ਲੀਡਰ ਉੱਥੇ ਆ ਕਹਿੰਦੇ ਆ ਕਿ ਇਸ ਸੂਬੇ ਦੀ ਮਹਿਲਾ ਮੁੱਖ ਮੰਤਰੀ ਹੈ ਜਿੱਥੇ ਸਭ ਤੋਂ ਜ਼ਿਆਦਾ ਬਲਾਤਕਾਰ ਹੋ ਰਿਹਾ। ਨਹੀਂ ਦੇਖੋ ਮੇਰੀ ਗੱਲ ਸੁਣੋ, ਅਗਲੀ ਗੱਲ ਮੈਂ ਤੁਹਾਨੂੰ ਦੱਸਦਾ, ਜਿਸ ਬੰਦੇ ਨੇ ਭਾਰਤ ਦੇ ਵਿੱਚ ਬੀਜੇਪੀ ਜੁਆਇਨ ਕੀਤੀ ਉਹਨੇ ਕਦੇ ਨਹੀਂ ਛੱਡੀ, ਸਭ ਤੋਂ ਵੱਧ ਲੋਕਾਂ ਨੇ ਜੇ ਬੀਜੇਪੀ ਛੱਡੀ, ਦਿੱਗਜ ਲੋਕਾਂ ਨੇ, ਤਾਂ ਉਹ ਪਿਛਲੇ 5 ਸਾਲਾਂ ਛੱਡੀ, ਇਹਦਾ ਮਤਲਬ ਬਦਲ ਮਮਤਾ ਬੈਨਰਜੀ ਨਹੀਂ ਰਹੀ, ਬਦਲ ਤਾਂ ਬੀਜੇਪੀ ਰਹੀ ਹੈ। ਕਿੱਧਰ ਨੂੰ ਜਾ ਰਹੀ ਹੈ ਬੀਜੇਪੀ? ਅੱਜ ਬੀਜੇਪੀ ਨੇ ਇਲੈਕਸ਼ਨ ਮੋਦੀ ਦੇ ਨਾਂ 'ਤੇ ਲੜਿਆ, ਪਾਰਟੀ ਦੇ ਨਾਂ 'ਤੇ ਨਹੀਂ ਲੜਿਆ। ਜੇ ਜਿੱਤਿਆ ਤਾਂ ਮੋਦੀ ਜਿੱਤੇਗਾ, ਹਾਰਿਆ ਤਾਂ ਮੋਦੀ ਜਿੱਤੇਗਾ, ਬੀਜੇਪੀ ਪਾਸੇ ਹੈ। ਪੰਜਾਬ ਵਿੱਚ ਵੀ ਇੱਕ ਮਿੰਟ ਭੁੱਲਰ ਸਾਹਿਬ, ਤੁਸੀਂ ਆਪਣਾ ਫਿਕਰ ਕਰੋ, ਕਾਂਗਰਸ ਆ ਜੇ ਤੁਹਾਡੇ ਐਨ ਕੇ ਤਿਵਾੜੀ ਵਰਗੇ ਗਏ, ਜਿਹਦੇ ਵਿੱਚੋਂ ਦੀ ਤੁਹਾਡੇ ਸ਼ਰਦ ਪਵਾਰ ਵਰਗੇ ਗਏ, ਅਰਜੁਨ ਸਿੰਘ ਵਰਗੇ ਗਏ, ਦੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਦੁਬਾਰਾ ਸੁਣੋ, ਇੱਕ ਤੁਸੀਂ ਪੰਜਾਬ ਦੇ ਵਿੱਚ ਮੈਂ ਸਾਰਾ ਭ੍ਰਮਣ ਕਰਕੇ ਆਇਆ, ਤੁਸੀਂ ਪੋਸਟਰ ਵੇਖੋ, ਅਕਾਲੀ ਦਲ ਵੀ ਬੀਜੇਪੀ ਦੇ ਨਹੀਂ ਨਾਂ 'ਤੇ ਇਲੈਕਸ਼ਨ ਲੜ ਰਿਹਾ, ਉਹ ਮੋਦੀ ਦੇ ਨਾਂ 'ਤੇ ਲੜ ਰਿਹਾ, ਹਰ ਅਕਾਲੀ ਦਲ ਦੇ ਕੈਂਡੀਡੇਟ ਦਾ ਪੋਸਟਰ ਇਸ ਵਾਰ ਮੋਦੀ ਸਰਕਾਰ। ਕੀ ਗੱਲ ਜੇ ਮੋਦੀ ਜੀ ਤੋਂ ਬਾਅਦ, ਇਹਦਾ ਮਤਲਬ ਬੀਜੇਪੀ ਸਿਰਫ ਮੋਦੀ ਦੀ ਸਰਕਾਰ ਹੋਏਗੀ? ਜੇ ਇਹ ਕਿਉਂ ਨਹੀਂ ਕਹਿੰਦੇ ਬੀਜੇਪੀ ਦੀ ਸਰਕਾਰ, ਕਾਂਗਰਸ ਸਿਰਫ ਰਾਹੁਲ ਦੀ ਰਹਿ ਗਈ ਹੈ? ਅਸੀਂ ਬਿਲਕੁਲ ਰਾਹੁਲ ਗਾਂਧੀ ਹੈ, ਤੁਸੀਂ ਬਾਰ-ਬਾਰ ਕਹਿ ਰਹੇ ਭੁੱਲਰ, ਤੁਸੀਂ ਆਪਣੀ ਪਾਰਟੀ ਦਾ ਫਿਕਰ ਕਰੋ, ਸਾਡਾ ਛੱਡ ਦੋ, ਤੁਸੀਂ ਰਾਹੁਲ ਗਾਂਧੀ ਨੂੰ ਕਿਸੇ ਪ੍ਰਧਾਨ ਮੰਤਰੀ ਬਣਾਓ, ਉਸ ਦਾ ਫਿਕਰ ਕਰੋ। ਵੀਰ ਮੇਰੇ, ਤੂੰ ਮੈਨੂੰ ਇੱਕ ਵੀ ਪੋਸਟਰ ਦਿਖਾ ਦੇ ਪੂਰੇ ਮੁਲਕ ਜਿੱਥੇ ਰਾਹੁਲ ਗਾਂਧੀ ਦਾ ਲਿਖਿਆ ਪ੍ਰਧਾਨ ਮੰਤਰੀ ਜਾਂ ਲਿਖਿਆ ਹੋਵੇ ਸਰਕਾਰ ਰਾਹੁਲ ਗਾਂਧੀ ਦੀ, ਕਿਉਂ ਨਹੀਂ? ਪ੍ਰੇਮ ਸਿੰਘ ਚੰਦੂਮਾਜਰਾ ਅੱਗੇ ਚੱਲ ਰਿਹਾ ਆਨੰਦਪੁਰ ਸਾਹਿਬ ਸੀਟ ਤੋਂ, ਪ੍ਰੇਮ ਸਿੰਘ ਚੰਦੂਮਾਜਰਾ ਦਾ ਮੁਕਾਬਲਾ ਮਨੀਸ਼ ਤਿਵਾੜੀ ਦੇ ਨਾਲ ਹੈ, ਅਤੇ ਮੁਕਾਬਲੇ 'ਚ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈਗੀ ਇਸ ਵੇਲੇ ਸ਼ੁਰੂਆਤੀ ਰੁਝਾਨ ਨੇ ਸੈਕਿੰਡ ਪੋਜੀਸ਼ਨ 'ਤੇ ਹੈਗੀ, 593 ਵੋਟਾਂ ਅੱਗੇ ਚੱਲਦੇ ਪਏ। ਸੋ 593 ਵੋਟਾਂ ਦਾ ਫਰਕ ਹੈਗਾ, ਕਿਤੇ ਫਰਕ ਕੋਈ ਬਹੁਤਾ ਜ਼ਿਆਦਾ ਨਹੀਂ ਹੈਗਾ, ਇਸ ਨੂੰ ਕ੍ਰੋਸ ਵੀ ਕੀਤਾ ਜਾ ਸਕਦਾ। ਪਰ ਸਵਾਲ ਇਹ ਹੈਗਾ ਕਿੰਗਰਾ ਸਾਹਿਬ, 2017 ਦੀ ਚੋਣ ਜਦੋਂ ਹੋਈ ਹੈ ਵਿਧਾਨ ਸਭਾ ਚੋਣ, ਕੈਪਟਨ ਦੇ ਨਾਂ 'ਤੇ ਸਾਰੀ ਚੋਣ ਹੋਈ ਹੈ? ਦੇਖੋ ਮੈਂ ਤੁਹਾਨੂੰ ਜਦੋਂ ਦੋ ਗੱਲਾਂ ਹੁੰਦੀਆਂ ਹੈਗੀਆਂ, ਜਦੋਂ ਕੋਈ ਵੀ ਸੰਸਥਾ ਦੇ ਉੱਤੇ ਭਾਰ ਪੈਂਦਾ ਹੈ ਤਾਂ ਕਿਸੇ ਇੰਡੀਵਿਜੁਅਲ ਨੂੰ ਹੀਰੋ ਬਣਾਇਆ ਜਾਂਦਾ ਹੈ। ਮੇਰੀ ਗੱਲ ਧਿਆਨ ਨਾਲ ਸੁਣਨਾ, ਜਦੋਂ ਭਾਰ ਪੈਂਦਾ ਹੈ ਜਦੋਂ ਸੰਸਥਾ 'ਤੇ, ਉਦੋਂ ਇੰਡੀਵਿਜੁਅਲ ਨੂੰ ਹੀਰੋ ਬਣਾ ਕੇ ਸੰਸਥਾ ਨੂੰ ਅੱਗੇ ਲਿਆਂਦਾ ਜਾਂਦਾ, ਸੰਸਥਾ ਫਿਰ ਵੀ ਭਾਰੂ ਪੈਂਦੀ ਹੈ ਉਹਦੇ ਉੱਤੇ। ਲੇਕਿਨ ਇਸ ਕਰਕੇ ਬੀਜੇਪੀ ਮੰਨ ਕੇ ਚੱਲੇ ਕਿ ਭਾਰ ਪਿਆ ਹੋਇਆ ਬੀਜੇਪੀ ਦੇ ਉੱਤੇ, ਮੈਂ ਨਹੀਂ ਕਹਿੰਦਾ ਕਿ ਮੋਦੀ ਨੂੰ ਅੱਗੇ ਨਹੀਂ ਲਾਉਣਾ ਚਾਹੀਦਾ, ਅੱਜ ਬੀਜੇਪੀ 'ਤੇ ਭਾਰ ਪਿਆ ਹੋਇਆ, ਇਸ ਕਰਕੇ ਮੋਦੀ ਅੱਗੇ ਲਾਇਆ, ਬੀਜੇਪੀ ਨਹੀਂ ਅੱਗੇ ਲੱਗੀ, ਇਹ ਮੰਨਣ ਮੇਰੀ ਗੱਲ। ਸੋ ਇਸ ਕਰਕੇ ਜਦੋਂ ਕਾਂਗਰਸ ਦੀ ਉਸ ਵੇਲੇ ਜਿਹੜੀ ਹੈ ਨਾ ਡਾਊਨਫਾਲ ਬੜਾ ਸੀਗਾ ਸਾਡਾ, 44 ਸੀਟਾਂ ਸਾਡੀਆਂ ਰਹਿ ਗਈਆਂ ਸੀ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ, ਅਸੀਂ ਸਾਡੇ ਕੋਲ ਸੂਬਾ ਨਹੀਂ ਸੀ ਕੋਈ ਰਿਹਾ, ਅਸੀਂ ਇਹ ਸੂਬਾ ਜਿੱਤਣਾ ਸੀਗਾ, ਸਾਡੇ ਕੋਲ ਇੱਕ ਹੀਰੋ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦਾ, ਅਸੀਂ ਉਸ ਕੈਪਟਨ ਕਾਂਗਰਸ ਦੀ ਸਰਕਾਰ ਦੇ ਵਿੱਚ ਉਹਨੂੰ ਅਸੀਂ ਹੀਰੋ ਮੰਨ ਕੇ ਅੱਗੇ ਲੈ ਗਏ।
ਅਸੀਂ ਇਹ ਤਾਂ ਨਹੀਂ ਕਹਿੰਦੇ ਜਿਹੜੀ ਹੋਏਗੀ ਮੋਦੀ ਸਰਕਾਰ। ਹਰਜੀਤ ਭੁੱਲਰ ਇੱਕ ਛੋਟਾ ਸਵਾਲ ਕਾਂਗਰਸ ਸਰਕਾਰ ਨਾਲ ਐਡ ਔਨ ਸਵਾਲ ਲੈ ਰਹੇ ਨੇ, ਬ੍ਰੈਂਡਿੰਗ ਜਿਹੜੀ ਸੀਗੀ, ਜਿਹੜੀ ਬ੍ਰੈਂਡਿੰਗ 2014 ਵਿੱਚ ਸ਼ੁਰੂ ਹੋਈ ਹੈ, 2019 ਵਿੱਚ ਉਹੀ ਬ੍ਰੈਂਡਿੰਗ ਜਿਹੜੀ ਹੈਗੀ ਹੈ, ਪਾਰਟੀ ਕਿਤੇ ਨਾ ਕਿਤੇ ਇਸ ਬ੍ਰੈਂਡਿੰਗ 'ਚ ਆਊਟ ਨਜ਼ਰ ਆ ਰਹੀ ਹੈ। ਹਾਂ ਆਹ ਗੱਲ ਦੇਣ ਜਵਾਬ ਬੀਜੇਪੀ ਵਾਲੇ। ਦੇਖੋ ਪਾਰਟੀ ਬਿਲਕੁਲ ਨਾਲ ਖੜੀ ਹੈ ਔਰ ਹਰ ਬੂਥ ਤੱਕ ਸਾਡਾ ਜਿਹੜਾ ਵਰਕਰ ਹੈਗਾ ਉਹ ਨਾਲ ਖੜਾ ਹੈ। ਜਿੱਥੇ ਤੱਕ ਗੱਲ ਕਰ ਰਹੇ ਸੀ ਕਿੰਗਰਾ ਸਾਹਿਬ, ਮੈਂ ਤਾਂ ਬਾਰ ਬਾਰ ਕਹਿ ਰਿਹਾ ਕਿੰਗਰਾ ਸਾਹਿਬ ਸਾਡਾ ਫਿਕਰ ਕਰਨਾ ਛੱਡਣ, ਆਪਣਾ ਫਿਕਰ ਕਰਨ। ਇਹ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਪਾਰਟੀ ਦੇ ਉੱਤੇ ਅੱਜ ਮੋਦੀ ਦਾ ਜਿਹੜਾ ਭਾਰ ਹੈ, ਉਧਰਲੇ ਪਾਸੇ ਰਾਹੁਲ ਗਾਂਧੀ, ਉਹਦੇ 'ਤੇ ਸਾਰੀ ਪਾਰਟੀ ਦਾ ਭਾਰ ਅੱਜ ਪਿਆ ਹੋਇਆ ਵੀ ਉਹਨੂੰ ਇਹ ਸਾਰੀ ਪਾਰਟੀ ਲੱਗੀ ਹੋਈ ਕੋਸ਼ਿਸ਼ ਕਰਨ ਲਈ ਵੀ ਉਹਨੂੰ ਖੜਾ ਕਰ ਦਈਏ ਕਿਸੇ ਤਰੀਕੇ ਨਾਲ, ਉਹ ਖੜਾ ਨਹੀਂ ਹੋਣ ਦੇ ਲਾਇਕ। ਮਤਲਬ ਸਾਡਾ ਤਾਂ ਲੀਡਰ ਜਿਹੜਾ ਹੈ ਉਹਦੇ ਖੜਾ ਹੈ, ਦਮ ਰੱਖਦਾ ਹੈ ਔਰ ਭਾਰਤੀ ਜਨਤਾ ਪਾਰਟੀ ਦਮ ਰੱਖਦੀ ਹੈ, ਅੱਜ ਸਾਰੀ ਨਾਲ ਖੜੀ ਹੈ। ਨਾ ਤਾਂ ਇਹਨਾਂ ਦਾ ਲੀਡਰ ਖੜਾ ਹੈ, ਨਾ ਇਹਨਾਂ ਦੀ ਪਾਰਟੀ ਖੜੀ ਹੈ। ਆਪਣੀਆਂ ਕਮੀਆਂ ਨੂੰ ਲੁਕਾਉਣ ਵਾਸਤੇ ਦੂਜੇ ਦੇ ਵਿੱਚ ਕਮੀਆਂ ਲੱਭੀ ਜਾਣੀਆਂ, ਇਹ ਇੱਥੋਂ ਦਾ ਰਿਵਾਜ਼ ਹੈ ਔਰ ਕਾਂਗਰਸ ਕੋਲ ਹੋਰ ਬਚਿਆ ਹੀ ਕੁਛ ਨਹੀਂ ਹੈ। ਹਰਜੀਤ ਭੁੱਲਰ ਕਿੰਗਰਾ ਸਾਹਿਬ ਦੇ ਸਵਾਲ ਤੁਸੀਂ ਤਾਂ ਸਾਡੀ ਪ੍ਰਸ਼ੰਸਾ ਕਰਦੇ ਨਹੀਂ ਸਕਦੇ, ਮੇਰਾ ਖਿਆਲ ਪ੍ਰਧਾਨ ਮੰਤਰੀ ਮੋਦੀ ਜੀ ਪ੍ਰਸ਼ੰਸਾ ਹੀ ਕਰੀ ਗਏ ਕਾਂਗਰਸ ਦੀ। ਪ੍ਰਸ਼ੰਸਾ ਬਹੁਤ ਕਰਦੇ ਆ ਤੁਸੀਂ ਸਾਰੇ ਭਾਸ਼ਣ ਕਰਦੇ ਹੋ, ਰਾਹੁਲ ਗਾਂਧੀ ਨੂੰ ਤੁਹਾਡਾ ਰਾਹੁਲ ਗਾਂਧੀ ਚੁੱਕ ਜੀਏ, ਹਰ ਇਲੈਕਸ਼ਨ 'ਚ ਉਹਨੂੰ ਤੁਸੀਂ ਪ੍ਰਧਾਨ ਬਣਾ ਕੇ ਅੱਗੇ ਪੇਸ਼ ਕਰੋ, ਉਹਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾਓ ਤੇ ਸਾਡੀਆਂ ਸਰਕਾਰਾਂ ਆਉਣ। ਭੁੱਲਰ ਸਾਹਿਬ ਤੁਹਾਡੇ ਪ੍ਰਧਾਨ ਮੰਤਰੀ ਤਾਂ ਸਾਡੇ ਮਹਿਰੂਮ ਸਵਰਗੀਆ ਪ੍ਰਧਾਨ ਮੰਤਰੀ ਨੂੰ ਛੱਡਿਆ ਕਾਂਗਰਸ ਨੇ। ਮੈਂ ਕਹਿੰਦਾ ਨਹੀਂ ਉਹ ਹਰੇ ਕਰਪਟ ਪ੍ਰਧਾਨ ਮੰਤਰੀ ਕੋਈ ਸੀਗਾ ਹੀ ਨਹੀਂ, ਅਸੀਂ ਤਾਂ ਕਹਿੰਦੇ ਸ਼ਰੇਆਮ ਕਹਿੰਦੇ ਉਹ ਜਿਹਾ ਕਰਪਟ ਪ੍ਰਧਾਨ ਮੰਤਰੀ ਕੋਈ ਨਹੀਂ ਸੀਗਾ, ਜਿਹਨੇ 1400 ਫੌਜੀ ਮਰਵਾਤਾ ਸ਼੍ਰੀਲੰਕਾ ਦੇ ਵਿੱਚ ਔਰ ਚੋਣ ਹੀ ਕੀਤੀ, ਜਿਹਨੇ 3500 ਸਿੱਖ ਮਰਵਾਤਾ ਚੋਣ ਹੀ ਕੀਤੀ, ਕਮਾਲ ਕਰਦੇ ਤੁਸੀਂ, ਉਹਨੂੰ ਤੁਸੀਂ ਸ਼ਹੀਦ ਕਹਿੰਦੇ ਹੋ, ਅਸੀਂ ਤਾਂ ਨਹੀਂ ਮੰਨਦੇ ਸ਼ਹੀਦ ਉਹਨੂੰ। ਉਸੇ ਪ੍ਰਧਾਨ ਮੰਤਰੀ ਨੇ ਕੀ ਕੀ ਨੂੰ ਦਰਦ ਵੰਡਿਆ, ਨਹੀਂ ਮੰਨਦੇ 50 ਸਾਲ ਪਰਸੋਂ ਹੀ ਦੇਖਿਆ ਤੇ ਅਠੇ ਸ਼ਰਧਾਂਜਲੀ ਮੋਦੀ ਜੀ ਉਹ ਸਟੇਜ ਤੇ ਕੁਝ ਗਾਲਾਂ ਕੱਢ ਕੇ ਸੀ ਅਠੇ ਸ਼ਰਧਾਂਜਲੀ ਦੇ ਦਿੰਦੇ, ਇਹ ਡਬਲ ਫੇਸ ਨਹੀਂ ਚਾਹੀਦਾ ਮੋਦੀ ਬਾਜਵਾ, ਇਹ ਇੰਨਾ ਪਿੱਛੇ ਕੋ ਜਾਂਦੀ ਪਈ ਬੀਜੇਪੀ। ਗੱਲ ਇਹ ਜੀ ਕਿ ਵੀ ਕਾਂਗਰਸ ਕੋਲ ਇਹਦਾ ਮਤਲਬ ਅੱਗੇ ਕੁਝ ਹੈ ਨਹੀਂਗਾ ਤਾਂ ਪਿੱਛੇ ਜਾ ਰਹੇ ਹੈ। ਨਹੀਂ ਗੱਲ ਇਹ ਜੀ ਕਿ ਮੌਜੂਦਾ ਹਾਲਾਤ ਦੇ ਵਿੱਚ ਬੀਜੇਪੀ ਦੇ ਕੋਲ ਕੋਈ ਉਪਲਬਧੀਆਂ ਨਹੀਂ। ਜੇ ਆਪਾਂ ਰਾਸ਼ਟਰੀ ਸੁਰੱਖਿਆ ਦੀ ਗੱਲ ਕਰੀਏ ਤੇ ਐਤਕੀ ਜਿਹੜਾ ਡਿਫੈਂਸ ਦਾ ਬਜਟ ਹੈ ਉਹ 1962 ਤੋਂ ਬਾਅਦ ਸਭ ਤੋਂ ਜਿਹੜਾ ਘੱਟ ਤੋਂ ਘੱਟ ਬਜਟ ਐਤਕੀ ਇਹਨਾਂ ਨੇ ਪੇਸ਼ ਕੀਤਾ ਔਰ ਪ੍ਰਵਾਨ ਕਰਵਾਇਆ। ਇਹਦਾ ਕੀ ਮਤਲਬ, ਇਸ ਵੇਲੇ ਮੁਲਕ ਦੇ ਉੱਤੇ ਇੰਨੇ ਜ਼ੋਰ ਦੇ ਹਮਲੇ ਆਪਣੇ ਹਮਲੇ ਚੱਲ ਰਹੇ ਨੇ, ਖਤਰੇ ਮੰਡਰਾ ਰਹੇ ਹਰ ਪਾਸੇ ਔਰ ਡਿਫੈਂਸ ਬਜਟ ਇੰਨਾ ਘੱਟ ਹੋਵੇ। ਜਿਹੜੀ ਮਾਊਂਟਨ ਸਟ੍ਰਾਈਕ ਉਹ ਦੋ ਖੜੀ ਕਰਨੀ ਸੀਗੀਆਂ, ਇੱਕ ਤਾਂ ਇਹਨਾਂ ਨੇ ਬਿਲਕੁਲ ਰੱਦ ਕਰਤੀ। ਹਾਂਜੀ ਔਰ ਮੈਂ ਦੱਸਾਂ ਕਿ ਮਾਊਂਟਨ ਸਟ੍ਰਾਈਕ ਕੋਰ ਦੇ ਦੋ ਖੜੇ ਕਰਨ ਦੇ ਨਾਲ ਚੀਨ ਦੇ ਉੱਤੇ ਬੜਾ ਵਧੀਆ ਅਸਰ ਪਿਆ ਸੀਗਾ, ਉਹ ਜਿਹੜੇ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਵਾਰਦਾਤਾਂ ਕਰੀ ਜਾ ਰਹੇ ਸੀਗੇ ਉਹ ਤਕਰੀਬਨ ਬੰਦ ਹੋ ਗਈ ਸੀਗੀਆਂ। ਅਤੇ ਇੱਕ ਤਾਂ ਜਿਹੜੀ ਮਾਊਂਟਨ ਸਟ੍ਰਾਈਕ ਕੋਰ ਬਿਲਕੁਲ ਰੱਦ ਕਰਤੀ, ਦੂਜੀ ਦੇ ਵੀ ਜਿਹੜੀ ਜਿੱਥੇ ਤੱਕ ਖੜੀ ਕੀਤੀ ਸੀ ਉੱਥੇ ਤੱਕ ਸੀਮਿਤ ਕਰਤੀ। ਹਾਂਜੀ ਅੱਛਾ ਕੋਈ ਨਵਾਂ ਹਥਿਆਰ ਨਹੀਂ ਆਇਆ, ਰਫੇਲ ਹਾਲੇ ਤੱਕ ਪਹੁੰਚਿਆ ਨਹੀਂ, ਹੋਰ ਕੋਈ ਨਵਾਂ ਹਥਿਆਰ ਨਹੀਂ ਆਇਆ, ਜਿਹੜੇ ਪਿਛਲੇ ਕਾਂਗਰਸ ਸਰਕਾਰ ਦੇ ਖਰੀਦੋ ਫਰੋ ਕੀਤੀ ਸੀਗੀਆਂ ਉਹ ਇੰਡਕਟ ਕਰੀ ਜਾ ਰਹੇ ਨੇ ਔਰ ਉਹਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਚੜ੍ਹ ਕੇ ਉਹ SP ਗੰਨ ਦੇ ਉੱਤੇ ਚੜ੍ਹ ਕੇ ਉਹਦੇ ਉੱਤੇ ਆਪਣਾ ਉਹ ਗ੍ਰੈਂਡ ਸਟੈਂਡਿੰਗ ਕਰ ਰਿਹਾ ਦਿਖਾਉਣ ਵਾਸਤੇ ਕਿ ਜੀ ਮੈਂ ਕੀਤਾ ਇਹ ਮੈਂ ਕੀਤਾ ਮੈਂ ਕੀਤਾ, ਇਹ ਇਸ ਤਰ੍ਹਾਂ ਰਾਸ਼ਟਰੀ ਕੌਮੀ ਸੁਰੱਖਿਆ ਥੋੜ੍ਹਾ ਚੱਲ ਸਕਦੀ ਹੈ ਔਰ ਕਿਸੇ ਉਪਲਬਧ ਨਹੀਂ। ਜਿਹੜੀ ਆਪਣਾ ਸਾਬਕਾ ਫੌਜੀ ਨੇ ਸਾਰਿਆਂ ਨੂੰ ਤੁਸੀਂ ਨਾਰਾਜ਼ ਕੀਤਾ, ਜਿਹੜੇ ਮੌਜੂਦਾ ਫੌਜੀ ਨੇ ਉਹ ਕਿਹੜੇ ਖੁਸ਼ ਨੇ, ਤੁਹਾਡੇ ਕੋਲ ਅਫਸਰ ਤੁਹਾਡੇ ਕੋਲ ਪੂਰੇ ਨਹੀਂ ਹੋ ਰਹੇ। ਅੱਛਾ ਜਿਹੜੀ ਤੁਹਾਡੀ ਖੁਫੀਆ ਏਜੰਸੀਆਂ ਨੇ ਉਹਨਾਂ 'ਚ ਕੋਈ ਵਾਧਾ ਨਹੀਂ ਹੋਇਆ, ਕੋਈ ਨਵੀਂ ਟੈਕਨੋਲੋਜੀ ਨਹੀਂ ਆਈ, ਜਿਹੜੀ ਤੁਹਾਡੀ ਪੁਲਿਸ ਫੋਰਸ ਹੈ ਉਹਦਾ ਆਧੁਨਿਕਰਨ ਨਹੀਂ ਹੋਇਆ, ਜਿਹੜੀ ਫੌਜ ਹੈ ਉਹ ਜਿਹੜੀ ਕੋਈ ਜਿਹੜੀ ਮੁੱਢਲੀ ਚੀਜ਼ਾਂ ਨੇ ਜਿਸ ਤਰ੍ਹਾਂ ਕਿ ਅਸੋਲਟ ਰਾਈਫਲ ਹੈ ਜਾਂ ਬੁਲਟ ਪਰੂਫ ਜੈਕਟ ਹੈ ਉਹਦੇ ਵਾਸਤੇ ਰੋਂਡੀਆਂ ਉਹ ਨਹੀਂ ਮਿਲ ਰਹੀਆਂ। ਵਾਹ ਵਾਹ ਜੀ, ਇਹ 5 ਸਾਲ ਦੀ ਸਰਕਾਰ ਹੈ, ਤੁਸੀਂ ਸਭ ਕੁਛ ਇਹਨਾਂ ਨੂੰ ਹੀ ਕਹਿ ਦੋਗੇ ਪਿਛਲੀ ਸਰਕਾਰਾਂ ਨੇ ਕੀ ਕੀਤਾ? ਨਹੀਂ ਦੇਖੋ ਸਵਾਲ ਹੈ ਕਿਉਂਕਿ ਜੇ ਫੌਜ ਦੇ ਹਾਲਾਤ ਹੈਗੇ ਅਮਨਦੀਪ ਬਾਜਵਾ, ਤੁਸੀਂ ਬਹੁਤ ਡਿਫੈਂਸ ਨੂੰ ਚੰਗੀ ਤਰ੍ਹਾਂ ਕਵਰ ਕਰਦੇ ਹੋ। ਆ ਰਹੇ ਪੁੱਲਰ ਸਾਹਿਬ ਆ ਰਹੇ ਅਮਨਦੀਪ ਬਾਜਵਾ ਜੀ, ਇਹ 5 ਸਾਲ ਦੀ ਸਰਕਾਰ ਨੇ ਸਾਰਾ ਕੋਈ ਫੌਜ ਦਾ ਕਰਤਾ? ਨਹੀਂ ਦੇਖੋ ਗੱਲ ਇਹ ਹੈ ਕਿ ਵੀ ਗਲਤੀਆਂ ਤਾਂ ਹੋਈਆਂ ਨੇ, ਮਗਰ ਇੱਕ ਗੱਲ ਹੈ ਕਿ ਵੀ ਇੱਕ ਤਕਰੀਬਨ ਇੱਕ ਸਟੱਡੀ ਦੀ ਚਾਲ ਚੱਲ ਰਿਹਾ ਸੀਗਾ ਸਾਡਾ ਜਿਹੜਾ ਆਪਣਾ ਰੱਖਿਆ ਦੇ ਆਧੁਨਿਕਰਨ ਵਾਧਾ ਵਗੈਰਾ ਅਤੇ ਵਗੈਰਾ, ਪਰ ਇਹ 5 ਸਾਲਾਂ ਦੇ ਵਿੱਚ ਇਹਨੇ ਕੀਤਾ ਕੱਖ ਨਹੀਂ, ਸਵਾਇਬ ਛਾਤੀ ਠੋਕ ਕੇ ਜੀ ਕਰਤਾ। ਹੁਣ ਦੇਖੋ ਇੱਕ ਰਾਤ ਦੇ ਵਿੱਚ 5 ਹਮਲੇ ਕਰਕੇ ਅਤੇ ਇਹ ਕਹਿੰਦੇ ਕਿ ਵੀ ਅਸੀਂ ਬਹੁਤ ਵੱਡੇ ਹੀਰੋ ਬਣ ਗਏ, ਅਸੀਂ ਪਾਕਿਸਤਾਨ ਨੂੰ ਰੋਕ ਲਿਆ, ਉਹ ਹਟੇ ਨੇ ਔਰ ਉਲਟਾ ਤੁਸੀਂ ਜਿਹੜੇ ਆਪਣੇ ਤੁਹਾਡੇ ਮੁਲਕ ਦੇ ਲੋਕ ਨੇ ਉਹਨਾਂ ਨੂੰ ਤੁਸੀਂ ਗੱਦਾਰ ਕਹੀ ਜਾਂਦੇ ਹੋ। ਉਹ ਜਿਹੜਾ ਕੋਈ ਜਿਹੜਾ ਜਰਨੈਲ ਵੀ ਕਹਿ ਦੇਵੇ ਕਿ ਜੀ ਇਹ ਪਹਿਲਾਂ ਹਮਲੇ ਹੋਏ ਨੇ ਕਰ ਰਹੇ, ਉਹਨੂੰ ਤੁਸੀਂ ਗੱਦਾਰ ਕਰਾਰ ਕਹੀ ਜਾਂਦੇ ਹੋ? ਇਹ ਇੱਦਾਂ ਆਪਣਾ ਕੌਮੀ ਏਕਤਾ ਹੁੰਦੀ ਹੈ? ਇਹ ਤਾਂ ਜਿਹੜੀ ਕ੍ਰੈਡਿਟ ਲੈਣ ਦੀ ਦੌੜ ਲੱਗੀ ਹੈ ਬਾਜਵਾ ਸਾਹਿਬ, ਇਹਦਾ ਮਤਲਬ ਇਹ ਹੈ ਕਿ ਦੇਸ਼ ਦੀ ਸੁਰੱਖਿਆ ਖਤਰੇ 'ਚ ਪੈ ਗਈ ਹੈ ਜੇ ਕ੍ਰੈਡਿਟ ਲੈ ਰਹੀ ਹੈ ਬੀਜੇਪੀ
देश की सुरक्षा खतरे च है या देश की सुरक्षा के लिए बीजेपी ने काम किया? दो सवाल आ रहे, आ रहे कांग्रेस आ रहे जे काम किया है तो अगे सामने पेश कर उल्टा बार बार उन्होंने एको प्रचार किया देश में जो सुरक्षित हाथों में रखना तो सानू जिताओ नहीं देखो जी दीनानगर से हमले हुए हैं इन्होंने हाल तक नहीं पता कर सके कि भी केड़ी BSF चौंकी के विचों होकर आए हैं किसी सजा नहीं दी गई पठानकोट से हमले हुए ने जवान साढ़े मारे गए हैं और प्रधानमंत्री यही कर सके कि भी उन्होंने पाकिस्तान की खुफिया एजेंसी ISI सद्दा दिता कि भी आके साडे जिहड़ा स्ट्रेटेजिक साडा हवाई अड्डा उहदी निरीक्षण करो कांग्रेस वाले 26-11 होया फिर नहीं तो 26-11 होया तो फिर इतने 13-12 भी होया 13-12 अपना पार्लीमेंट हमले बाद किया 12 घंटे सॉरी 12 महीने तुम फौज खड़ी कर दी उत्ते कोई कार्रवाई नहीं कुछ नहीं खर्चा कर कराता जवान किन्ने सैकड़े मारे गए तो वह नतीजा कुछ नहीं निकलिया तो ठीक है गलतियां दोनों पास हुई पर जी 5 साल की आप गल करिए 5 साल में की कीता भी एक सरकार करे तो वह माड़ा तो दूजी सरकार उही काम करे तो बहुत चंगा जिन्होंने काम ही नहीं प्रचार की होना और बाजवा साहब वर्गे लोग इन्होंने नैगेटिविटी जी है हमेशा रहनी है और सानू सहन करनी पैनी है पुराने हथियारां दी जिहड़ी कि इजाफा होया कि नहीं होया मैं गल करना चाहुंना जनरल VK सिंह जदों सेना मुखी सन उन्होंने प्रधानमंत्री नूं चिट्ठी लिखी सी कि देश के हथियार देश दा साजो समान टैंक गन्ना बड़ियां पुरानियां हो चुकियां ने सारिआं नूं याद होएगा उदों बाद 5 साल सरकार रही तो इत्थे पार्लीमेंट कमेटी ऑन डिफेंस खंडूरी जो कि एक केंद्रीय मंत्री भी रह चुके ने उत्तराखंड के 2 वारी मुख्यमंत्री भी रहे ने उन्होंने रिपोर्ट सबमिट की सी जिदे विच ये कहा गया कि 68% हथियार गोला बरूद पुराना हो चुका वह नमूना MiG-21 किन्ने हादसे हो जा रहे हैं वो शॉर्टेज पूरी करने की कोशिश हो रही है मैं अमनदीप जी ना सहमत हाँ जे अज तक हूँ पहला ऑर्डर गया 74,000 राइफलों का पहला ऑर्डर गया एक बेसिक वैपन नहीं है गया मैं सिर्फ BJP नहीं मैं पिछली बारी पिछली सरकार भी पहलों भी ये पिछे ध्यान ही दिता गया इस बारी बजट की गल हुई है बिल्कुल ठीक है बाढ़ तो बाद 1.47% रह गया हूँ के बजट केवल मगर जे हूँ VK सिंह इतने हूँ उंतरी ने तो क्यों नहीं एक्शन लिया वे हूँ सिर्फ राष्ट्रीय सुरक्षा बालाकोट में लैके करी जाना कि इस वेले राष्ट्रीय सुरक्षा नहीं कि 42 करोड़ आबादी स्वच्छ पानी साफ पानी नहीं मिल रहा अज भी अद्धे बंदे अद्धी जनता जी एक रात का रोटी बहुत सारे गरीब ने पेट भर के नहीं मिलती पेट ना पईआं रोटियां तो सब ये गल्लां खोटियां ये सारिया चीज़ा इकोनोमी थले जा रही है सारिया विकास हो रहा माड़ा मोटा इन्हां दी गल कीती है सर सहजन की सानू पता है 84 जो असीं वलंटियर होके गए सी मैं कहना जे किसी ने कंट्रीब्यूट शुरू किया जाके उत्थे देखिया वो जॉर्ज फर्नांडिस सी जो जाके देखे हालात उत्थे ते स्नो स्कूटर भी नहीं जा रहे मिलने ते तां उन्हें ब्यूरोक्रेसी नूं भेजिया बैठे ने टिंगरा साहब बैठे ने पता होएगा कि जाओ उत्थे जाके देखो
तो इस वास्ते ये सारिया सरकारां ने ध्यान नहीं दिता ठीक ठीक शहीदां दे बेसिकली जी गल तुसी कह रहे हो कि मुद्दियां दी राजनीति नहीं हुई मुद्दियां दी गल नहीं मुद्दियां दी गल ही नहीं हुई मैं गल मुद्दियां दी गल सिर्फ ये अपनी चमकाउण वास्ते मोदी केंद्रित राष्ट्रीय सुख ओदे ते चलदा रहा काम मोदी अरे तोड़े तो बेरोजगारी दा मुद्दा देखो किड्डा वड्डा बहुत वड्डा मुद्दा शुक्र है तुसी बेरोजगारी दी गल कीती है हरदीप सिंह किंगरा बहुत वड्डे इशू सीगे मोदी दे अग्गे तुहाडे मुद्दे आ जिहड़े तुसी जिहड़े मुद्दे रखणे सीगे बतौर विरोधी धिर ਤੁਸੀਂ ਫੇਲ ਰਹੇ ਹੋ ਤੁਹਾਡਾ ਫੇਲਰ ਹੈ ਇਹ ਹੁਣ ਤੁਸੀਂ ਆ ਰੁਝਾਨ ਜਿਹੜੇ ਆ ਰਹੇ ਉਹਦੇ 'ਚ ਤੁਹਾਡਾ ਫੇਲਰ ਨਜ਼ਰ ਆ ਰਿਹਾ ਮੈਨੂੰ ਨਹੀਂ ਪਤਾ ਨਤੀਜਿਆਂ ਵਿੱਚ ਬਦਲਣਗੇ ਕਿ ਨਹੀਂ ਬਦਲਣਗੇ ਪਰ ਫਿਲਹਾਲ ਤੁਸੀਂ ਫੇਲ ਨਜ਼ਰ ਆ ਰਹੇ ਹੋ ਇਕਰਾ ਸਾਹਿਬ ਦੇਖੋ ਇਸ ਤਰ੍ਹਾਂ ਦਾ ਪਹਿਲੀ ਗੱਲ ਤਾਂ ਮੈਂ ਫੌਜ ਦੇ ਸਾਡੀ ਜਿਹੜੀ ਹੈ ਬਹੁਤ ਤਕੜੀ ਹੈ ਮੈਂ ਉਹਦੇ ਹਥਿਆਰਾਂ ਦੇ ਮਾੜੇ ਹਥਿਆਰਾਂ ਬਾਰੇ ਜਾਂ ਚੰਗੇ ਹਥਿਆਰਾਂ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹਦਾ ਰੀਜ਼ਨ ਇਹ ਹੈ ਕਿ ਜੋ ਸਾਡੇ ਕੋਲ ਹਥਿਆਰ ਹੈ ਬਹੁਤ ਵਧੀਆ ਜਿਹਦੇ ਨਾਲ ਅਸੀਂ ਲੜਨਾ ਉਹਨੂੰ ਅਸੀਂ ਕੁੱਟ ਦਿਆਂਗੇ ਡਾਂਗਾਂ ਨਾਲ ਹੀ ਅਸੀਂ ਐਡੀ ਕੋਈ ਗੱਲ ਨਹੀਂ ਹੈਗੀ ਮੈਂ ਮੁੱਦੇ ਦੀ ਗੱਲ ਕਰ ਰਿਹਾ ਹਾਂ ਮੁੱਦੇ ਦੇ ਉੱਤੇ ਜਿਹੜੀ ਗੱਲ ਹੈ ਫੌਜ ਦੇ ਹਥਿਆਰਾਂ ਬਾਰੇ ਸਾਡੇ ਕੋਲ ਬਹੁਤ ਆਧੁਨਿਕ ਹਥਿਆਰ ਨੇ ਕੋਈ ਐਡੀ ਗੱਲ ਨਹੀਂ ਸਾਰੇ ਹਥਿਆਰ ਡਿਸਪਲੇ ਵੀ ਨਹੀਂ ਕੀਤੇ ਜਾਂਦੇ ਇਹ 'ਚ ਕੋਈ ਦੋਰਾ ਨਹੀਂ ਫੌਜ ਨੂੰ ਪਾਸੇ ਰੱਖੋ ਕਿਉਂਕਿ ਮੈਂ ਨਰਿੰਦਰ ਮੋਦੀ ਨਹੀਂ ਹਾਂ ਕਿ ਫੌਜ ਨੂੰ ਅੱਗੇ ਰੱਖ ਕੇ ਗੱਲ ਕਰੂੰਗਾ ਪੋਲੀਟੀਕਲ ਵੀ ਸੋ ਇਸ ਕਰਕੇ ਇਹਨੂੰ ਨਾ ਕਰੋ ਪਰ ਜਿਹੜੇ ਨਤੀਜਿਆਂ ਦੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਹਲੇ ਵੀ ਕਹਿ ਜਾਂਦਾ ਇਟ ਇਜ਼ ਟੂ ਅਰਲੀ ਟੂ ਪ੍ਰਡਿਕਟ ਇਹ 10,000 ਮੀਟਰ ਵਾਲੀ ਰੇਸ ਹੈ ਕਈ ਵਾਰੀ ਮੂਹਰੇ ਭੱਜਣ ਵਾਲੇ ਦਾ ਸਾਹ ਚੜ ਜਾਂਦਾ 2 ਕਿਲੋਮੀਟਰ ਬਾਅਦ ਹੀ ਇਹ ਵੇਖੋ ਹਲੇ ਟਿਕ ਕੇ ਵੇਖੋ ਹੈਵ ਦਾ ਪੇਸ਼ੈਂਸ ਟੂ ਹੀਅਰ ਦਾ ਫਾਈਨਲ ਰਿਜ਼ਲਟ ਐਂਡ ਵੀ ਹੈਵ ਦਾ ਫੁੱਲ ਪੇਸ਼ੈਂਸ ਵੀ ਮਸਟ ਸਾਨੂੰ ਬਿਲਕੁਲ ਠਰੰਮੇ ਦੇ ਨਾਲ ਵੇਖਣਾ ਚਾਹੀਦਾ ਰੁਝਾਨਾਂ ਤੋਂ ਕੀ ਲੈਣਾ ਤੁਸੀਂ ਭਾਵੇਂ ਪਹਿਲੇ 9 ਚੱਕਰ ਜਿਹੜੇ ਹੈ ਉਹ ਸਭ ਤੋਂ ਮੂਹਰੇ ਲਾਏ 10ਵੇਂ ਚੱਕਰ ਤੁਹਾਡੇ ਕੜਲ ਪੈ ਗਈ ਡਿੱਗ ਪਏ ਤੁਸੀਂ ਖਤਮ ਹੋ ਗਈ ਗੱਲ ਇਹ ਤਾਂ ਕੜਲਾਂ ਕਈਆਂ ਦੇ ਪੈਣੀਆਂ ਰਾਹ 'ਚ ਹਲੇ ਤਾਂ ਸ਼ੁਰੂ ਹੋਈ ਹੈ ਦੌੜ ਸੋ ਇਹ ਲੰਬੀ ਦੌੜ ਹੈ ਇਸ ਦੌੜ ਦੇ ਵਿੱਚ ਇਹ ਸਿਰਫ TRP ਵਧਾਉਣ ਵਾਸਤੇ ਹੁੰਦਾ ਸੈਂਸੇਸ਼ਨਾਈਜ਼ ਕਰਨ ਵਾਸਤੇ ਹੁੰਦਾ ਹੈਗਾ ਦੁਨੀਆ ਦੇ ਵਿੱਚ ਜੇ ਫਰਜ਼ ਕਰ ਲਓ ਹੁਣ ਦੇ ਰੁਝਾਨਾਂ ਦੇ ਵਿੱਚ 500 ਸੀਟਾਂ ਦੇ ਵੀ ਅੱਗੇ ਹੈ ਹਾਊ ਡਜ਼ ਇਟ ਮੈਟਰ ਜੇ ਸ਼ਾਮ ਨੂੰ 100 ਹੀ ਰਹਿ ਜਾਂਦੀਆਂ ਇਹ ਤਾਂ ਸਿਰਫ ਸੈਂਸੇਸ਼ਨ ਹੈ ਇਹ ਵਿਕਦੀ ਹੈ TV ਦੇ ਉੱਤੇ ਇਸ ਕਰਕੇ ਤੁਸੀਂ ਵੇਚਦੇ ਹੋ ਯੂ ਆਰ ਸੈਲਿੰਗ ਇਟ ਵੈਰੀ ਵੈਲ ਬਿਕੋਜ਼ ਦਾ ਪੀਪਲ ਆਰ ਬਾਇੰਗ ਇਟ ਕਿੰਨੇ ਵਜੇ ਤੱਕ ਇਹ ਗੱਲ ਕਹੋਗੇ ਤੁਸੀਂ ਹਾਂਜੀ ਕਿੰਨੇ ਵਜੇ ਤੱਕ ਜਿੰਨੇ ਵਜੇ ਤੱਕ ਫਾਈਨਲ ਰਿਜ਼ਲਟ ਨਹੀਂ ਆਉਂਦੇ ਉਹ ਤੇ ਕਰੇਗੀ ਗੱਲ ਕਿਉਂ ਮੇਰੇ 'ਚ ਪੇਸ਼ੈਂਸ ਹੈਗੀ ਹੈ ਫਾਈਨਲ ਰਿਜ਼ਲਟ ਵੇਖਣ ਦੀ ਸੈਲ ਹੋ ਰਿਹਾ ਮੈਨੂੰ ਭਾਈ ਮੈਨੂੰ ਫਾਈਨਲ ਰਿਜ਼ਲਟ ਵੇਖਣ ਦੀ ਮੇਰੇ 'ਚ ਪੇਸ਼ੈਂਸ ਹੈਗੀ ਹੈ ਇਹ ਬੜੀ ਛੇਤੀ ਸਟੇਟਮੈਂਟ ਚੇਂਜ ਹੋ ਜਾਣੀ ਹੈ ਹੌਲੀ ਹੌਲੀ EVM ਮਸ਼ੀਨਾਂ ਤੇ ਆ ਰਹੀਆਂ ਕੋਈ EVM ਮਸ਼ੀਨਾਂ ਤੇ ਨਹੀਂ ਮੈਂ ਜਦੋਂ ਇਹ ਗੱਲ ਕਰਦਾ ਮੈਂ ਇੱਕ ਮਿੰਟ ਕਿੰਗਰਾ ਸਾਹਿਬ ਮਿਸ਼ਨ ਤੇ ਆ ਰਹੀਆਂ ਚਲੋ ਕਿੰਗਰਾ ਸਾਹਿਬ ਤੁਹਾਡਾ ਹੱਕ ਬਣਦਾ TV ਤੇ ਵਾਰ ਵਾਰ ਤੁਸੀਂ ਕਮੈਂਟ ਕਰਦੇ ਹੋ ਮੀਡੀਆ ਤੇ TV ਤੇ ਨਹੀਂ ਕਰਦਾ ਮੇਰਾ ਸਵਾਲ ਹੈ ਕਿੰਗਰਾ ਸਾਹਿਬ ਤੁਸੀਂ ਵਪਾਰੀ ਹੋ ਵੇਚਦੇ ਹੋ ਚੀਜ਼ ਲੋਕੀ ਖਰੀਦਦੇ ਹੋ ਚਲੋ ਸਾਰੇ ਵਪਾਰੀ ਨਹੀਂ ਹੁੰਦੇ ਕਿੰਗਰਾ ਸਾਹਿਬ ਸਾਰੇ ਵਪਾਰੀ ਨਹੀਂ ਹੁੰਦੇ ਗੇ ਨਾ ਸਾਰੇ ਕਾਂਗਰਸੀ ਮਾੜੇ ਆ ਸਾਰਿਆਂ ਨੇ ਨਾ ਸਾਰੇ ਕਾਂਗਰਸੀ ਮਾੜੇ ਆ ਨਾ ਸਾਰੇ ਬੀਜੇਪੀ ਵਾਲੇ ਮਾੜੇ ਆ ਸਾਰਿਆਂ ਨੇ ਲੰਗਰ ਵੀ ਨਹੀਂ ਸਾਰੇ ਵਪਾਰੀ ਨਹੀਂ ਹੈਗੇ ਚਾਰ ਪੈਸੇ ਬਣਾਉਂਦੇ ਆ ਕਿੰਗਰਾ ਸਾਹਿਬ ਸਾਰੇ ਵਪਾਰੀ ਨਹੀਂ ਹੈਗੇ ਅਸੀਂ ਉਹੀ ਦੱਸਦੇ ਪਏ ਜਿਹਨਾਂ ਦਾ ਵਪਾਰ ਨਹੀਂ ਚੱਲਦਾ ਫਿਰ ਬੰਦ ਹੋ ਗਿਆ ਉਹਨਾਂ ਦਾ ਬਿਜ਼ਨਸ ਸਨੀ ਦਿਓਲ ਵੀ ਅੱਗੇ ਹੋ ਗਿਆ ਗੁਰਦਾਸ ਪਤਾ ਤੁਹਾਡੇ ਪ੍ਰਧਾਨ ਸਾਹਿਬ ਪਿੱਛੇ ਚੱਲਦੇ ਪਏ ਉਹਨਾਂ ਦੇ ਕੀ ਕਮੈਂਟ ਕਰੋਗੇ ਦੇਖੋ ਮੈਂ ਤੁਹਾਨੂੰ ਫਿਰ ਉਹੀ ਕਹਿਣਾ ਮੇਰਾ ਵਪਾਰ ਥੋੜੀ ਹੈਗਾ ਮੇਰਾ ਤਾਂ ਸਾਰਿਆਂ ਤੇ ਇੱਕੋ ਕਮੈਂਟ ਹੈ ਕਿ ਜਿਹੜੀ ਲੰਬੀ ਦੌੜ ਹੁੰਦੀ ਹੈ ਇਹ ਲੋਕ ਸਭਾ ਦੇ ਇਲੈਕਸ਼ਨ ਹੈ ਇਹਦੇ ਵਿੱਚ 11-12 ਲੱਖ ਵੋਟਾਂ ਦੀ ਗਿਣਤੀ ਹੋਣੀ ਹੈ ਇਹਦੇ ਵਿੱਚ ਤੁਹਾਨੂੰ ਛੇਤੀ ਜੰਪ ਨਹੀਂ ਕਰਨਾ ਚਾਹੀਦਾ ਕਨਕਲੂਜਨ ਦੇ ਉੱਤੇ ਹਰ ਕੰਸਟੀਚੁਐਂਸੀ ਜਿਹੜੀ ਹੈ ਉਹ ਆਪਦੇ ਆਪ 'ਚ ਇੱਕ 9-9 ਕੰਸਟੀਚੁਐਂਸੀਆਂ ਹੈ ਇਸ ਕਰਕੇ ਵੇਟ ਕਰੋ ਚਲੋ ਮੈਂ ਵੇਟ ਹੀ ਕਰਦਾ ਮੈਂ ਤਾਂ ਇੱਕੋ ਸਵਾਲ ਕੀਤਾ ਤੁਸੀਂ ਜਵਾਬ ਹੀ ਨਹੀਂ ਦਿੰਦੇ ਪਏ ਮੈਂ ਸਵਾਲ ਇਹ ਕੀਤਾ ਸੀਗਾ ਮੁੱਦਿਆਂ ਦੀ ਸਿਆਸਤ ਤੁਸੀਂ ਨਹੀਂ ਕਰ ਸਕੇ ਬਤੌਰ ਵਿਰੋਧੀ ਧਿਰ ਤੁਸੀਂ ਫੇਲ ਨਜ਼ਰ ਆ ਰਹੇ ਹੋ ਅਸੀਂ ਮੁੱਦਿਆਂ ਦੀ ਸਿਆਸਤ ਕੀਤੀ ਹੈ ਭਾਰਤ ਦੇ ਵਿੱਚ ਅੱਬਲ ਦਰਜੇ ਦੀ ਗਰੀਬੀ ਨੂੰ ਕੱਢਣ ਵਾਸਤੇ 72,000 ਰੁਪਈਆ ਜਿਹੜਾ ਉਹ ਸਕੀਮ ਲਾਈ ਆ ਉਹ ਇਸ ਕਰਕੇ ਲਾਈ ਹੈ ਐ ਨਹੀਂਗਾ ਵੀ ਭੁੱਖਾ ਮਰਦਾ ਉਹਨੂੰ 1 ਰੋਟੀ ਦੇ ਦਿਓ ਨਾ ਮਰੇ ਤੇ ਨਾ ਜਿਉਵੇਂ 2,000 ਰੁਪਈਆ ਪਾ ਦਿਓ ਉਹਦੇ ਅਕਾਊਂਟ 'ਚ ਉਹਦੇ ਨਾਲ ਨਹੀਂ ਗੱਲ ਬਣਨੀ ਗੀ ਤੁਸੀਂ ਦੱਸੋ 2,000 ਤਾਂ ਤੁਹਾਡੀ ਰੋਟੀ ਪਕਾਉਣ ਵਾਲਾ ਨਹੀਂ ਲੈਂਦਾ ਗਾ ਕਿਉਂ ਜੀ ਗੱਲਾਂ ਕਰਦੇ ਜ਼ਿਮੀਦਾਰ 2,000 ਦੇ ਕੇ ਤੁਸੀਂ ਕਹਿੰਦੇ ਬਹੁਤ ਕੁਝ ਕਰਤਾ ਉਹਦੇ ਵਾਸਤੇ 70,000 ਪਾਓਗੇ ਉਦੋਂ ਦੇਖਾਂਗੇ ਕੀ ਕੀਤਾ ਗਿਆ ਕਿਸਾਨਾਂ ਨਾਲ ਚਲੋ ਇੱਕ ਅਪਡੇਟ ਦੇ ਦਈਏ ਸਾਰਿਆਂ ਨੂੰ ਹੁਸ਼ਿਆਰਪੁਰ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਹੁਣ ਅੱਗੇ ਹੋ ਗਏ ਨੇ ਸੋਮ ਪ੍ਰਕਾਸ਼ ਪਿੱਛੇ ਚੱਲ ਗਏ ਨੇ 150 ਵੋਟਾਂ ਦੇ ਨਾਲ ਪਹਿਲਾਂ ਸੋਮ ਪ੍ਰਕਾਸ਼ ਅੱਗੇ ਚੱਲ ਰਹੇ ਸੀ ਜਸਬੀਰ ਸਿੰਘ ਡਿੰਪਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਬੀਬੀ ਜਗੀਰ ਕੌਰ ਤੋਂ ਅੱਗੇ ਚੱਲ ਰਹੇ ਨੇ 2801 ਵੋਟਾਂ ਤੋਂ ਇੱਕ ਛੋਟੇ ਬ੍ਰੇਕ ਲਈ ਕਿ ਵਿੱਚ ਰੁਕਣਾ ਪਵੇਗਾ ਬ੍ਰੇਕ ਦੀ ਇੱਕ ਇੰਡੀਕੇਸ਼ਨ ਆਈ ਹੈ ਇੱਕ ਛੋਟਾ ਬ੍ਰੇਕ ਲੈ ਰਿਹਾ ਬ੍ਰੇਕ ਤੋਂ ਬਾਅਦ ਚ ਵਾਪਸ ਆ ਰਿਹਾ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਫੈਸਲਾ ਦੇਸ਼ ਦਾ ਹੀ ਤੁਹਾਨੂੰ ਲਗਾਤਾਰ ਦੱਸ ਰਿਹਾ ਤੋਂ ਦੱਸ ਦਈਏ ਪੰਜਾਬ ਦੀ ਅਪਡੇਟ ਗੁਰਜੀਤ ਸਿੰਘ ਔਜਲਾ ਅੱਗੇ ਚੱਲਦੇ ਪਏ ਅੰਮ੍ਰਿਤਸਰ ਤੋਂ ਮਨੀਸ਼ ਤਿਵਾੜੀ ਅਨੰਦਪੁਰ ਸਾਹਿਬ ਤੋਂ ਅੱਗੇ ਚੱਲਦੇ ਪਏ ਆ ਬਠਿੰਡਾ ਤੋਂ ਹਰਸਿੰਘ ਕੋ ਬਾਦਲ 926 ਵੋਟਾਂ ਅੱਗੇ ਆ ਮੁਹੰਮਦ ਸਦੀਕ ਫਰੀਦਕੋਟ ਤੋਂ ਜਿਹੜਾ ਰਾਖਵਾਂ ਹਲਕਾ ਜਿੱਥੋਂ ਬਾਦਲਾਂ ਦੀ ਸਿਆਸਤ ਸ਼ੁਰੂ ਹੁੰਦੀ ਹੈ 588 ਵੋਟਾਂ ਨਾਲ ਕਾਂਗਰਸ ਦਾ ਕੈਂਡੀਡੇਟ ਮੁਹੰਮਦ ਸਦੀਕ ਅੱਗੇ ਚੱਲ ਰਿਹਾ ਅਤੇ ਇੱਥੇ ਸਨੀ ਦਿਓਲ ਅੱਗੇ ਚੱਲਦੇ ਪਏ 1467 ਵੋਟਾਂ ਨਾਲ ਸੋਮ ਪ੍ਰਕਾਸ਼ ਜਿਹੜੇ ਸਾਬਕਾ IAS ਨੇ BJP ਵੱਲੋਂ ਉਹ 2430 ਵੋਟਾਂ ਨਾਲ ਅੱਗੇ ਚੱਲਦੇ ਪਏ ਡਾਕਟਰ ਰਾਜ ਕੁਮਾਰ ਚੱਬੇਵਾਲ ਤੋਂ ਅੱਗੇ ਹੋ ਗਏ ਨੇ ਸੰਤੋਖ ਸਿੰਘ ਚੌਧਰੀ ਅੱਗੇ ਚੱਲਦੇ ਪਏ ਜਲੰਧਰ ਤੋਂ ਜਲੰਧਰ ਰਾਖਵਾਂ ਹਲਕਾ ਖਡੂਰ ਸਾਹਿਬ
वैसे देश में चंगी खबर नहीं है फिलहाल जो रुझान है फिर तुम कहोगे मैं आई स्टिल से के इट्स टू अर्ली ये बहुत अर्ली है इस करके कोई ये बारे रुझाना बारे या रिजल्ट द आउटकम बारे इस वेले कमेंट मैं आई कीप माई कमेंट रिजर्व तो बाकी चलन दो हले चली जाता है कोई थोड़ा तू आगे चल दे पे खुशी हो रही कि नहीं है भी ये नहीं तुझे देखो हाँ। देखो मेरी गल सुनो मैं पंजाब बारे भी आ गया संगरूर तो भगवंत मान आगे चल रहे ने केवल टिलों सेकंड ने 1417 वोट है ना ये हले अपन नु देखना पड़ेगा पेशेंटली वेट करके देखना पड़ेगा कट तो कट 2-3 घंटे और उस तो बाद थोड़ा जा सिचुएशन जेडी है वो क्लियर होएगी ये पार्लियामेंट दा इलेक्शन है कोई पंचायत दा इलेक्शन थोड़ी है पर्चियां गिनियां सरपंच जित गया ये पार्लियामेंट दा इलेक्शन है पर सवाल ये हैगा है इस वेले हरजीत सिंह भुल्लर साहब लुधियाना तो सिमरजीत सिंह बैंस अगे चल रहे रवनीत बिट्टू सैकेंड नंबर पर 304 वोटों का ही फर्क है सैड बीजेपी कैंडिडेट पहले दो विच भी नहीं नज़र आ रहे देखो गल इस तरह है पंजाब दे साडे कोल 3 सीटां सी और अहीं जो भी लवांगे अहीं गेन करना है नहीं असीं भाईवाला नूं भी नाल जोड़ के मैं उही दस रहा हां अहीं भाईवाला नूं भारतीय जनता पार्टी और श्रोमणी अकाली दल दोनों की गल कर रहा मैं पहला 4 सी उस बाद 3 रह गईआं साडे कोल जो असीं करना है वो गेन करना है असीं लूजर जां ते आम आदमी पार्टी जां कांग्रेस है पिछली बार मोदी लहर नहीं चली इत्थे इस बार राष्ट्रवाद का नारा नहीं चलिया असीं चल रहे हां बीजेपी चल रही इस गल दी मैं वधाई देना भुल्लर नूं वी तकड़ा है जिहड़ा चली जांदा हले सारे कांग्रेसी इल्जाम लाउंदे आ बीजेपी ते कि मोदी बीजेपी तो वड्डे हो गया इत्थे कांग्रेस तो वड्डे कैप्टन अमरिंदर सिंह हो गया कैप्टन अमरिंदर सिंह तो एक जरनैल है एक फौज का जरनैल है और वो फौज जिहड़ी है वो कांग्रेस पार्टी है और इन्हें और एक उस तरह कोई आम खास जरनैल नहीं है एक फैसला कुन तो दृष्टिवान जरनैल है और जो फैसले जड़े बड़े सुलझे फैसले होंगे ने बड़े सोच समझ के फैसले होंगे ने उन्होंने जी एक ज्याती जी शख्सियत है वो बहुत ज़्यादा लोगों से बुलंद है और ये करके जिथे भी जाते हैं वो अपना लोगों असर पास दे तो याद होना पिछले जी असैम्बली चोणा सी उदों अकाली दल ने जनरल जे जे सिंह जेडे कि सबका फौज के साबका फौज के सबका मुखी सके उन्होंने पटियाले तो खिलारिया सीगा इस पिछे कि कैप्टन अमरिंदर सिंह नूं इत्थे बन्निया जाए पटियाले ताकि वह पंजाब च फिर तुर के दूजे MLA नाम नूं जिता ना सकन मगर वो कामयाब नहीं हो सकी मैं कैप्टन अमरिंदर सिंह पहला शायद 2 दिन उन्होंने लाने से पटियाले च उन्होंने एक दिन लाया पटियाले तो जीत गए राहुल गांधी क्यों नहीं चलते पंजाब हाँ जी राहुल गांधी क्यों नहीं चलते पंजाब नहीं देखो जी असर तो होंदा है मैं मैनू याद है हुण दी गल नहीं मैं कह रहा मैं 10 साल पहले की गल कर रहा कि राहुल गांधी पंजाब च आया सीगा और इन्नी ज़्यादा जिहड़ी अपना युवा वर्ग है वो पिछे भज्जा सी कि अकालियां नूं अकाल तख्त जसदार नूं लियाणा पिया उहदी मुखालफत करन वास्ते सो वो जिहड़ी है ना वक्त वक्त की गल्लां हुंदियां बाकी ये कि राहुल गांधी सरकार च आएगा अपनी जौहर विखाएगा अपना बाकी राष्ट्रीय सुरक्षा बारे तो गंभीर हैगा ही है वो उन्होंने जनरल हुड्डा वर्गे एक सूझवान जरनैल नू अपना कोऑप्ट करके उहदे कोलों कांग्रेस की एक राष्ट्रीय सुरक्षा बारे पेपर तैयार किया और वो वचनबद्ध है उस पेपर नू लागू करने वास्ते सो ये जिहड़ी चीज़ें हैं ना ये जिहड़ा राहुल गांधी नू आइसोलेशन च ना वेखो उहदी सारा जिहड़ा जिहड़ी उहदी उहदी कारवाई है उहदी सोच है उहनू अगे रख के वेखो ठीक है हरजीत सिंह गिंगरा पंजाब दे विच कैप्टन अमरिंदर सिंह ते नवजोत सिंह सिद्धू हुण तुसीं इहनां कहदे हो मीडिया परसैप्शन हुण तां सब कुछ सामने आ चुक्या है कैप्टन अमरिंदर सिंह नवजोत सिंह सिद्धू आपस में टकरा क्यों इन्हों का कोई टकरा नहीं है गा टकरा हो भी नहीं सकता टैक्निकली साडा संविधान ही नहीं टकराव नूं मंदा कि जे कैबिनेट दे विच कोई मंत्री जिहड़ा उहदा कोई टकराव हुंदा तां ही विल हैव टू रिजाइन इहदा सीधा जिहा असूल है कैबिनेट कैन नॉट वर्क इन डिसेंट रूल्स ऑफ बिजनेस है देयर कांट बी ए डिसेंट नोट विद इन द कैबिनेट इटसेल्फ कैबिनेट विल हैव टू अप्रूव एवरी डिसीजन बाय एब्सोल्यूट मेजोरिटी
not absolute rather the full majority with the voice vote je ode cabinet mantri da tusi keh sakde ho rule hai ga sawal bator neta da sawal bator agu da dekho oh tuhanu lagda hai do patial vi amo samne hoye pe hai kangra sahab kai wari jehda na oh misinterpret kar lende hai je kise ne kehta friendly match hai khabra friendly match khere da te akali dal da eh kehdi ohna ne kehda keha vi congress da friendly match di gal kiti hai eh ta tusi interpret kita hai wah mainu pehle pata si jehda friendly match hai oh khere da te akali dal da ho sakda si main pehle hi kehta si ga ha tusi media je baithe rahoge oh akaliyan nahi oh akaliyan da khere da friendly match hai ohde bare sidhu sahab ne gal kiti hai aur main kehna vi ohda friendly match hai dohnan da te fir tusi karwai li kyon keh rahe ho kadi karwai ਸਿੱਧੂ ਸਾਹਿਬ ਤੇ ਯਾਰ ਫੇਰੀ ਗੱਲ ਸੁਣੋ ਜਦੋਂ ਬੰਦਾ ਪੜਦਾ ਹੈ ਨਾ ਹਰ ਬੰਦਾ ਆਪਦੇ ਤਰੀਕੇ ਨਾਲ ਚੀਜ਼ ਨੂੰ ਪੜਦਾ ਹੈ ਖਬਰ ਨੂੰ ਪੜਦਾ ਹੈ ਖਬਰ ਨੂੰ ਪਰਸੀਵ ਕਰਦਾ ਹੈ ਮੈਂ ਬੋਲਦਾ ਤੁਹਾਡੇ ਇੰਚਾਰਜ ਆਸ਼ਾ ਕੁਮਾਰੀ ਜੀ ਕਹਿ ਰਿਹਾ ਹੈ ਕਿੰਗਰਾ ਸਾਹਿਬ ਤੁਸੀਂ ਸਵੇਰੇ ਕੋਈ ਝੂਠ ਬੋਲਣਾ ਸ਼ੁਰੂ ਕਰ ਰਹੇ ਹੋ ਮੈਂ ਝੂਠ ਨਹੀਂ ਬੋਲਦਾ ਜਿਹੜੀ ਹੈ ਉਹ ਅੱਜ ਕਹਿ ਰਹੀ ਹੈ ਮੰਗ ਕਰ ਰਹੀ ਹੈ ਸਿੱਧੂ ਨੂੰ ਰਿਮੂਵ ਕਰਨ ਲਈ ਕਿੰਗਰਾ ਸਾਹਿਬ ਛਤਰੀ ਲਈ ਉਹਨੂੰ ਸ਼ੈਲਟਰ ਕਰ ਰਹੇ ਨੇ ਉਹ ਨਹੀਂ ਮੈਂ ਸਿੱਧੂ ਨੂੰ ਸ਼ੈਲਟਰ ਨਹੀਂ ਕਰ ਰਿਹਾਗਾ ਮੈਂ ਤਾਂ ਇਹ ਕਹਿਣਾਗਾ ਕਿ ਜੇ ਸਿੱਧੂ ਸਾਹਿਬ ਨੂੰ ਕੋਈ ਡਿਸੈਂਟ ਹੈਗਾ ਤਾਂ ਹੀ ਵਿਲ ਹੈਵ ਟੂ ਕੁਇਟ ਦੀ ਕੈਬਨਟ ਹਿਮਸੈਲਫ ਇਹ ਹੈ ਰੂਲ ਉਹ ਨਹੀਂ ਕਰਨਗੇ ਦੇਖੋ ਕਿੰਗਰਾ ਸਾਹਿਬ ਬੜਾ ਕਲੀਅਰ ਹੈ ਸਾਡੇ ਨਾਲ 5 ਸਾਲ ਉਹਨਾਂ ਦੀ ਵਾਈਫ ਜਿਹੜੀ ਹੈ ਮੰਤਰੀ ਰਹੀ ਹੈ 5 ਸਾਲ ਉਹ ਕਦੀ ਵੀ ਸੈਟੀਸਫਾਈ ਨਹੀਂ ਸੀ ਔਰ ਉਹਨਾਂ ਨੇ ਮਿਨਿਸਟਰੀ ਨਹੀਂ ਛੱਡੀ ਸੀ ਜਿਹੜੇ ਬਹਿਬਲ ਕਲਾਂ ਔਰ ਬਰਗਾੜੀ ਕਾਂਡ ਵਾਸਤੇ ਅੱਜ ਰੌਲਾ ਪਾਉਂਦੇ ਫਿਰਦੇ ਨੇ 2 ਸਾਲ ਉਸ ਤੋਂ ਬਾਅਦ ਹੀ ਮੰਤਰੀ ਰਹੇ ਉਹਨਾਂ ਨੇ ਕੈਬਨਟ ਨਹੀਂ ਛੱਡੀ ਉਹ ਨਹੀਂ ਛੱਡਣਗੇ ਉਹ ਲਾਲਚੀ ਬੰਦੇ ਨੇ ਉਹ ਵੀਰ ਭੁੱਲਰ ਤੁਸੀਂ ਆਪਦੇ ਪੁਰਾਣੇ ਪਰਿਵਾਰ ਦੇ ਸਦੱਸਿਆ ਬਾਰੇ ਮੈਨੂੰ ਜ਼ਿਆਦਾ ਜਾਣਦੇ ਹੋ ਮੈਨੂੰ ਕੀ ਪੁੱਛਦੇ ਹੋ ਅੱਜ ਤੁਸੀਂ ਸਾਹਮਣੇ ਬੈਠੇ ਹੋ ਤੁਸੀਂ ਉਹਨਾਂ ਦੇ ਤਜਰਬੇ ਦਾ ਲਾਹਾ ਲੈ ਰਹੇ ਹੋ ਮੈਨੂੰ ਕੀ ਪੁੱਛਦੇ ਹੋ ਤੁਸੀਂ ਉਹਨਾਂ ਦੇ ਤਜਰਬੇ ਦਾ ਲਾਹਾ ਲੈ ਲਓ ਇਸ ਕਰਕੇ ਦੱਸ ਰਹੇ ਹੋ ਸਾਡੇ ਜਿਹੜੇ ਨੇ ਫੈਸਲਾ ਕਰਨ ਵਾਲੇ ਲੋਕ ਇਸ ਕਰਕੇ ਖੜਾ ਛਡਾ ਲੋਗੇ ਤਾਂ ਚੰਗੇ ਰਹੋਗੇ ਨਹੀਂ ਤਾਂ ਲੱਖ ਕਿੰਗਰਾ ਸਾਹਿਬ ਨੇ ਸਿੱਧੇ ਤੌਰ ਤੇ ਅਸੈਪਟ ਕਰ ਲਿਆ ਵੀ ਸਾਡੇ ਲਈ ਵੀ ਦਿੱਕਤ ਹੈਗੀ ਹੈ ਨਹੀਂ ਨਹੀਂ ਮੈਂ ਐਕਸੈਪਟ ਨਹੀਂ ਕੀਤਾ ਸਾਡੇ ਲਈ ਦਿੱਕਤ ਹੀ ਕੋਈ ਨਹੀਂ ਹੈ ਸਾਡਾ ਸਟਾਰ ਕੰਪੇਨਰ ਹੈ ਉਹਨੇ ਦਾ ਵੋਕਲ ਕਾਰਡ ਆਉਂਦੀਆਂ ਇੰਜਰ ਕਰਨੀਆਂ ਕਾਂਗਰਸ ਪਾਰਟੀ ਆ ਪੰਜਾਬ ਚਾਹੁੰਦੇ ਉਹਨੇ ਸਾਰੇ ਗੱਦੀ ਗੱਡੀ ਚ ਪਾਤੇ ਉਹਨੇ ਵੋਕਲ ਕਾਰਡ ਇੰਜਰ ਕਰਨੀਆਂ ਆਪਦੀਆਂ ਹਰਜੀਤ ਪੁੱਲੋ ਤੁਹਾਡੇ ਲਈ ਵਧੀਆ ਖਬਰ ਹਿਮਾਚਲ ਤੋਂ ਹੈਗੀ ਹੈ ਸਾਰੀਆਂ ਸੀਟਾਂ ਤਕਰੀਬਨ ਬੀਜੇਪੀ ਲੀਡ ਕਰੀ ਔਰ ਲੀਡ ਵੀ ਜਿਹੜੀ ਹੈਗੀ ਹੈ 20,000 ਤੋਂ ਵਧੇਰੇ ਵੋਟਾਂ ਦੀ ਹੈ ਇਸ ਵੇਲੇ ਅਨੁਰਾਗ ਠਾਕੁਰ 22,141 ਵੋਟਾਂ ਤੋਂ ਲੀਡ ਕਰ ਰਿਹਾ ਹੈ ਕਿਸ਼ਨ ਕਪੂਰ 26,363 ਵੋਟਾਂ ਤੋਂ ਲੀਡ ਕਰ ਰਿਹਾ ਮੰਡੀ ਤੋਂ ਰਾਮ ਸਰੂਪ ਸ਼ਰਮਾ ਲੀਡ ਕਰ ਰਿਹਾ 20,362 ਵੋਟਾਂ ਤੋਂ ਸ਼ਿਮਲਾ ਤੋਂ ਸੁਰੇਸ਼ ਕਸ਼ਯਪ 27,385 ਲੀਡ ਬਣਾ ਚੁੱਕੇ ਹੈ ਔਰ ਸੈਕੰਡਰੀ ਪੋਜੀਸ਼ਨ ਤੇ ਕਾਂਗਰਸ ਚਲੀ ਗਈ ਹੈ ਹਿਮਾਚਲ ਦੇ ਵਿੱਚ ਇਹ ਇਸ ਨੂੰ ਤਾਂ ਕਿੰਗਰਾ ਸਾਹਿਬ ਇਹਨੂੰ ਤਾਂ ਲੀਡਸ ਹੈ ਜੀ ਬਿਲਕੁਲ ਲੀਡਸ ਹੈ ਇਹ ਜਿੱਤਣਗੇ ਵੀ ਦੇਖੋ ਤੁਸੀਂ ਨਾ ਮਤਲਬ ਲੀਡ ਵੀ ਲੀਡ ਹੁੰਦੀ ਹੈ ਕੋਈ ਐਵੇਂ ਤੁਸੀਂ ਕਹੋ ਵੀ ਇੱਕ ਅੱਧਾ ਗੱਜ ਅੱਗੇ ਹੈ ਤੇ 25 ਕਿਲੋਮੀਟਰ ਦੀ ਰੇਸ ਹੈ ਅੱਧੇ ਗੱਜ ਕੀ ਫਰਕ ਪੈਣਾ ਦੋ ਸਟੈਪ ਮਾਰੇ ਤਾਂ ਨਿਕਲ ਜਾਣੇ ਹੈ ਇਹ ਲੀਡਸ ਹੈ ਨਹੀਂ ਨਹੀਂ ਇਹ ਲੀਡਸ ਹੈ ਇਹ ਕੋਈ ਦੋ ਰਹਿ ਨਹੀਂ ਹੈ ਇਹ ਲੀਡਸ ਹੈ ਡੈਫੀਨਿਟ ਲੀਡਸ ਹੈ ਇਹ ਔਰ ਇਹ ਸਸਟੇਨ ਹੁੰਦੀਆਂ ਨੇ ਜੇ ਡਿੱਗੀਆਂ ਵੀ ਤਾਂ ਡਿੱਗਦੀਆਂ ਡਿੱਗਣਗੀਆਂ ਇਹ ਕੋਈ ਐ ਤਾਂ ਨਹੀਂ ਉਹ ਵੀ ਇੱਕ ਰਾਊਂਡ 'ਚ ਡਿੱਗ ਪੈਣਗੀਆਂ ਯਾਨੀ ਜਿਹੜੇ ਟੈਕਟਿਕ ਸੀਗੇ ਉਹ ਵੀ ਕੰਮ ਨਹੀਂ ਆਏ ਸੁਖਰਾਮ ਨੂੰ ਵਾਪਸੀ ਲੈਣਾ ਵੀ ਸਾਰਾ ਕੁਝ ਤਿਆਰ ਕਰਨਾ ਦੇਖੋ ਜੀ ਇਹ ਜਿਹੜੇ ਨੇ ਕਈ ਦੇਖੋ ਕਈ ਡਿਸੀਜਨ ਜਿਹੜੇ ਲਏ ਜਾਂਦੇ ਨੇ ਟੈਕਟੀਕਲ ਕਈ ਡਿਸੀਜਨ ਲਏ ਜਾਂਦੇ ਨੇ ਸਟ੍ਰੈਟੇਜੀਕਲ ਡਿਸੀਜਨ ਦਾ ਅਸਰ ਜਿਹੜਾ ਉਹ ਥੋੜਾ ਠਹਿਰ ਕੇ ਹੁੰਦਾ ਟੈਕਟੀਕਲ ਡਿਸੀਜਨ ਦਾ ਅਸਰ ਉਦੋਂ ਹੀ ਹੋ ਜਾਂਦਾ ਇਹ ਤਾਂ ਹੁਣ ਲੈਣ ਵਾਲੇ ਜਾਣਦੇ ਆ ਕਿ ਟੈਕਟੀਕਲ ਸੀ ਕਿ ਸਟ੍ਰੈਟੇਜੀਕਲ ਸੀ ਚਲੋ ਫਿਰੋਜ਼ਪੁਰ ਦੀ ਵੀ ਅਪਡੇਟ ਦੇ ਦਈਏ ਉਹਨਾਂ ਨੂੰ ਸੁਖਵੀਰ ਸਿੰਘ ਬਾਦਲ ਅੱਗੇ ਚੱਲ ਰਹੇ ਆ ਸ਼ੇਰ ਸਿੰਘ ਘਬਾਇਆ ਤੋਂ 1195 ਵੋਟਾਂ ਦੇ ਨਾਲ ਇਹ ਅਪਡੇਟ ਆ ਫਿਰੋਜ਼ਪੁਰ ਬਠਿੰਡਾ ਦੋ ਇਹੋ ਜਿਹੇ ਹੌਟ ਹਲਕੇ ਹੈਗੇ ਜਿਨ੍ਹਾਂ ਦੀ ਅਪਡੇਟ ਸਾਰੇ ਇੰਤਜ਼ਾਰ ਕਰ ਰਹੇ ਆ ਬਾਦਲ ਪਰਿਵਾਰ ਦੋਨਾਂ ਸੀਟਾਂ ਤੋਂ ਅੱਗੇ ਚੱਲਦਾ ਪਿਆ ਹਰਸਿੰਘ ਕੋ ਬਾਦਲ ਤੇ ਇਹਦਾ ਸੁਖਵੀਰ ਸਿੰਘ ਬਾਦਲ ਤੋਂ ਮਨੀਸ਼ ਤਿਵਾੜੀ ਅੱਗੇ ਚੱਲਦੇ ਪਏ ਆ ਤੇ ਗੁਰਜੀਤ ਸਿੰਘ ਔਜਲਾ ਅੱਗੇ ਚੱਲਦੇ ਪਏ ਹਰਦੀਪ ਸਿੰਘ ਪੁਰੀ ਤੋਂ ਆਪਣੇ ਪੁੱਲਰ ਸਾਹਿਬ ਪੂਰੇ ਜੇ ਓਵਰਆਲ ਸਿਨੈਰੀਓ ਦੀ ਗੱਲ ਕਰੀਏ ਦੇਸ਼ ਦੀ ਗੱਲ ਕਰੀਏ ਤਾਂ ਤੁਹਾਡੇ ਲਈ ਚੰਗੀਆਂ ਖਬਰਾਂ ਹੀ ਆ ਰਹੀਆਂ ਰੁਝਾਨ ਦੇ ਵਿੱਚ ਤੁਸੀਂ ਕਾਫੀ ਅੱਗੇ ਚੱਲਦੇ ਪਏ ਹੋ ਦੇਖੋ ਚੰਗੀ ਖਬਰ ਸਾਡੇ ਲਈ ਉਹ ਹੋਏਗੀ ਜਦੋਂ ਅਸੀਂ ਫੁੱਲ ਫਲੈਸ਼ ਜਿਹੜੀ ਹੈ ਮੈਜੋਰਟੀ ਦੇ ਨਾਲ ਆਵਾਂਗੇ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਜ ਦੇਸ਼ ਵਾਸਤੇ ਔਰ ਦੇਸ਼ ਦੇ ਆਲੇ ਦੁਆਲੇ ਵੀ ਜਿਹੜੇ ਨੇ ਉਹਨਾਂ ਵਾਸਤੇ ਵੀ ਔਰ ਇੰਟਰਨੈਸ਼ਨਲੀ ਸਾਨੂੰ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵੀ ਇੱਕ ਮਜ਼ਬੂਤ ਸਰਕਾਰ ਬਣੇ ਮਜ਼ਬੂਰ ਸਰਕਾਰ ਨਾ ਬਣੇ ਜਿਸ ਤਰ੍ਹਾਂ ਪਹਿਲਾਂ ਬੰਦੀਆਂ ਰਹੀਆਂ ਨੇ ਐਗਜ਼ਿਟ ਪੋਲ ਤੇ ਸ਼ੱਕ ਹੈ ਤੁਹਾਨੂੰ ਇਹਦਾ ਮਤਲਬ ਨਹੀਂ ਕੋਈ ਸ਼ੱਕ ਨਹੀਂ ਹੈਗਾ ਮੈਂ ਸਾਫ ਗੱਲਾਂ ਕਹਿ ਰਿਹਾ ਤੁਹਾਨੂੰ ਕਿ ਸਾਡਾ ਜਿਹੜਾ ਆਪਣੀ ਤਮੰਨਾ ਹੈ ਉਹ ਇੱਕ ਮਜ਼ਬੂਤ ਸਰਕਾਰ ਔਰ ਇੱਕ ਪੂਰੀ ਵਧੀਆ ਸਰਕਾਰ ਬਣੇ ਨਾ ਕਿ ਮਜ਼ਬੂਰ ਸਰਕਾਰ ਬਣੇ ਨਾ ਕਿ ਦਲਦਲ ਵਾਲੀ ਸਰਕਾਰ ਬਣੇ ਮਨਦੀਪ ਬਾਜਵਾ ਮਜ਼ਬੂਤ ਸਰਕਾਰ ਕਿਹਨੂੰ ਕਹਿੰਦੇ ਆ ਅਤੇ ਮਜ਼ਬੂਰ ਸਰਕਾਰ ਕਿਹਨੂੰ ਕਹਿੰਦੇ ਮਨਮੋਹਨ ਸਿੰਘ ਦੀ ਸਰਕਾਰ ਮਜ਼ਬੂਰ ਸੀ ਇਹ ਵਾਰ ਵਾਰ ਗੱਲ ਕਹਿ ਰਹੇ ਆ ਦੇਖੋ ਜੀ ਜਿਹੜੇ ਫੈਸਲੇ ਲਏ ਨੇ ਮਨਮੋਹਨ ਸਿੰਘ ਸਰਕਾਰ ਨੇ ਆਰਥਿਕ ਮਾਮਲਿਆਂ 'ਚ ਉਹ ਤਾਂ ਅਸੀਂ ਕਹਿ ਸਕਦੇ ਕਿ ਬਿਲਕੁਲ ਹੀ ਮਜ਼ਬੂਤ ਸਰਕਾਰ ਸੀਗੀ 2008 ਦੀ ਜਿਹੜੀ ਇੱਕ ਆਲਮੀ ਰਿਸੈਸ਼ਨ ਸੀਗੀ ਉਹ 'ਚੋਂ ਦੇਸ਼ ਨੂੰ ਬਚਾ ਕੇ ਰੱਖਿਆ ਹਾਂਜੀ ਦੇਸ਼ ਨੂੰ ਇਕੱਠਿਆਂ ਵੀ ਰੱਖਿਆ ਤੁਹਾਡੀ ਜਿਹੜੀ ਆਰਥਿਕ ਸਥਿਤੀ ਸੀ ਉਹਨੂੰ ਵੀ ਵਧਾਇਆ ਉਹ ਠੀਕ ਹੈ ਕੁਛ ਚੀਜ਼ਾਂ 'ਚੋਂ ਆਪਣਾ ਚੂਕ ਗਏ ਇਸ ਕਰਕੇ ਹਾਰੇ ਆ ਮਗਰ ਇਹ ਗੱਲ ਹੈ ਕਿ ਵੀ ਉਦੋਂ
इस तरह की हालत नहीं सी कि भी अगले कह रहे उंगला चुकते कि जी प्रधानमंत्री जोकर है या प्रधानमंत्री ड्रामेबाज है या प्रधानमंत्री फ्रॉड है या जी प्रधानमंत्री अपना फौज अपने सामने रख के अपनी शील्ड बना रहा है या जिहड़े प्रोफेशनल्स ने जिहड़े कि भी हर अपने खेत्र दे विच माहर ने उन्हां दी जिहड़ी है सलाह नूं ठुकरा के ते अपनी जिहड़ी है एक मन घड़त जिहड़ी है सोच ने उन्हां नूं अगे रखे ते उन्हां दे अपना सिर दे उत्ते उन्हां दे कारण कौमी सुरक्षा दे फैसला करे जी। पुल्लर साहब गल इस तरह है बाजवा साहब सिर्फ कांग्रेस दे गुण गाई जांदे है। मैं एक चीज़ कहनी चाहुंदा जिहड़ियां गल्लां कर रहे वी प्रधानमंत्री बारे अज तक प्रधानमंत्री जिहड़ा भी कोई हुंदा सी चंगा सी माड़ा हुंदा सीगा उहदे बारे एक ना रिस्पैक्ट हुंदी सी एक हर बंदे दा विजन हुंदा सी नहीं ये देश दा प्रधानमंत्री है इहदे लई असीं कोई इहो जी गल नहीं करनी जिहड़ी माड़ी लगे। लेकिन लेकिन जिन्ना स्टार लैंग्वेज दा राहुल गांधी और उहदी कांग्रेस ने इस टर्म दे थले सुट्टिया इन्ना कदी भी थले नहीं सी डिग्गिया। मनमोहन सिंह वर्गा प्रधानमंत्री जिहदे कागज पाड़ के राहुल गांधी ने सुट्टे सीगे उहदा डिसीजन खत्म करता सीगा तुसीं उहदीआं गल्लां करदे तुसीं कहिंदे वी उह पावरफुल सीगा सब तो वर्स्ट सब तो ਜਿਹਨੂੰ ਕਹਿੰਦਾ ਵੀ ਮਜਬੂਰ ਪ੍ਰਧਾਨਮੰਤਰੀ ਸੀ ਇਹਦਾ ਵੀ ਤਾਂ ਇਹਦੇ ਬਾਰੇ ਵੀ ਖੁਲਾਸਾ ਕਰੋ ਨਾ ਜਿਹੜੇ ਮੈਂ ਦੱਸਿਆ ਨਾ ਸਭ ਤੋਂ ਮਜਬੂਰ ਪ੍ਰਧਾਨਮੰਤਰੀ ਸੀ ਰਡਾਰ ਬਾਰੇ ਤੇ ਬਾਰੇ ਜਿਹੜੀ ਆ ਉਹ ਗੱਲ ਕੀਤੀ ਇੱਕ ਪਾਰਟੀ ਆ ਜਨਰਲ ਸੈਕਟਰੀ ਉਹਦੇ ਮੂੰਹ ਤੇ ਕਾਇ ਚੱਕੇ ਮਾਰਦਾ ਇਹ ਕਿੱਥੋਂ ਦਾ ਪ੍ਰਧਾਨਮੰਤਰੀ ਦੀ ਪਾਵਰ ਹੈ ਮਜਬੂਰ ਪ੍ਰਧਾਨਮੰਤਰੀ ਸੀ ਬਿਲਕੁਲ ਉਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਸੀਗਾ ਅਗਰ ਉਹਨੂੰ ਪ੍ਰਧਾਨਮੰਤਰੀ ਦੇ ਉਸ ਸਕੈਚਰ ਦੀ ਕੋਈ ਇੱਜ਼ਤ ਸੀ खुद मुख्तियारी वाले आगू सी बहुत ज्यादा पिछे चल गए वोटिंग भी जी है देखो कि अमरिंदर सिंह राजा वड़िंग 11,647 वोटा ने हरसिमरत कौर बादल 11,626 वोटा ने ਪ੍ਰੋਫੈਸਰ ਬਲਜਿੰਦਰ ਕੌਰ 1,193 ਵੋਟਾਂ ਨੇ ਸੁਖਪਾਲ ਸਿੰਘ ਖਹਿਰਾ 1,154 ਵੋਟਾਂ ਨੇ ਹੁਣ 1,154 ਤੋਂ ਤਾਂ ਫਿਰ 11,000 ਤੱਕ ਦਾ ਸਫ਼ਰ ਨਹੀਂ ਹੋਣਾ ਸਿਰ ਚੋਂ ਪੂਣੀ ਨਹੀਂ ਕੱਤੀ ਹਲੇ ਚਲੋ ਹੁਣ ਫਿਰ ਅਪਡੇਟ ਆ ਗਈ ਹਰਸ਼ ਕੋ ਬਾਦ ਲੱਗੇ ਹੋ ਗਿਆ ਕਿੰਗਰਾ ਸਾਹਿਬ ਆ ਲੋ ਤਾਂ ਕਿੰਨੀਆਂ 7 ਵੋਟਾਂ ਤੇ ਨਹੀਂ ਜ਼ਿਆਦਾ ਅਬ ਇੰਨਾ ਕੀ ਹੋਣਾ ਹੋਰ ਕੀ ਹੋਣਾ ਯਾਨੀ ਤੁਸੀਂ ਮੰਨਦੇ ਹੋ ਕਿ ਨੈਕਸਟ ਟੂ ਨੈਕਸਟ ਫਾਈਟ ਤਾਂ ਹੈਗੀ ਹੈ ਜੇ ਮਿੰਟ ਮਿੰਟ ਦੀ ਖਬਰ ਜਿਹੜੀ ਆਈ ਹੋਈ ਹੈ ਸਾਹਿਬ ਇੱਕ ਚੀਜ਼ ਰਹਿਣੀ ਹੈ ਪੰਜਾਬ ਦੇ ਵਿੱਚ ਹੋ ਸਕਦਾ ਬਹੁਤ ਜ਼ਿਆਦਾ ਮਾਰਜਨ ਨਾ ਹੋਣ ਘੱਟ ਮਾਰਜਨ ਤੋਂ ਹੋਣ ਲੇਕਿਨ ਐਂਡ ਤੱਕ ਜਾ ਕੇ ਜਿਹੜਾ ਫੈਸਲਾ ਹੈਗਾ ਕਿਤਨਾ ਕਿਤੇ ਪੰਜਾਬ ਦੇ ਵਿੱਚ ਜਿਹੜੇ ਲੋਕ ਤੀਜੇ ਬਦਲ ਦੀ ਗੱਲ ਕਰਦੇ ਨੇ ਚੌਥੇ ਬਦਲ ਦੀ ਗੱਲ ਕਰਦੇ ਨੇ ਪੰਜਵੇਂ ਬਦਲ ਦੀ ਗੱਲ ਕਰਦੇ ਨੇ ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਤੇ ਪੱਲੇ ਬੰਨ ਲੈਣੀ ਚਾਹੀਦੀ ਹੈ। ਇੱਥੇ ਦੋ ਪਾਰਟੀਆਂ ਨੇ ਅਕਾਲੀ ਦਲ ਤੇ ਕਾਂਗਰਸ ਉੱਤਰ ਕਾਟੋ ਮੈਚਣਾ ਹੀ ਚੱਲੂਗਾ ਬਸ ਨਹੀਂ ਉੱਤਰ ਕਾਟੋ ਨਹੀਂ ਹੈ ਇਹ ਉੱਤਰ ਕਾਟੋ ਨਹੀਂ ਹੈ ਤੁਸੀਂ ਉੱਥੇ ਚੱਲ ਜਾਓ ਜੇ ਬਹੁਤ ਚੰਗੇ ਹੁੰਦਾ ਕਾਂਗਰਸ ਛੱਡ ਕੇ ਤੁਸੀਂ ਚੰਗੇ ਬੰਦੇ ਕਹਿੰਦੇ ਹੋ ਕਿ ਮੈਂ ਚੰਗਾ ਬਣ ਗਿਆ ਕਾਂਗਰਸ ਛੱਡ ਕੇ ਕਾਂਗਰਸ ਤੁਸੀਂ ਜਿੱਥੇ ਜਾਂਦੇ ਤੁਸੀਂ ਦੁੱਧ ਉੱਤੇ ਹੋ ਜਾਂਦੇ ਹੋ ਕਿਵੇਂ ਹੋ ਸਕਦਾ ਇਹ ਦਿੱਲੀ ਦੀਆਂ 7 ਸੀਟਾਂ ਤੇ ਵੀ ਆ ਰਿਹਾ ਰੁਝਾਨ 7-7 ਬੀਜੇਪੀ ਇਸ ਵੇਲੇ ਅੱਗੇ ਚੱਲ ਰਹੀ ਹੈ 7 ਸੀਟਾਂ ਤੇ ਬੀਜੇਪੀ ਅੱਗੇ ਇਸ ਕਰਕੇ ਕੋਈ ਇਹ ਜੀ ਦਿੱਲੀ ਤੋਂ ਚੰਗੀ ਖਬਰ ਬਿਲਕੁਲ ਆਣੀ ਐਕਸਪੈਕਟਡ ਸੀ ਹੋ ਜੀ ਕੋਈ ਕਾਂਗਰਸ ਆਪਣੇ ਆਪ ਨੂੰ ਉੱਥੇ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ ਔਰ ਆਮ ਆਦਮੀ ਪਾਰਟੀ ਦੇ ਕੋਲ ਹੈ ਕੁਛ ਨਹੀਂ ਸੀਗਾ ਇਸ ਕਰਕੇ ਰਾਹੁਲ ਗਾਂਧੀ ਪਿੱਛੇ ਤੁਰੇ ਫਿਰਦੇ ਉਹਨੂੰ ਨਜ਼ਰ ਆਉਂਦਾ ਸੀਗਾ ਵੀ ਇਹ ਜਿਤਨਾ ਨਹੀਂ ਅਗਰ ਇਹ ਦੋਨੋਂ ਰਲ ਵੀ ਜਾਂਦੇ ਤਾਂ ਵੀ ਉੱਥੇ ਪੋਜੀਸ਼ਨ ਇਹੀ ਰਹਿਣੀ ਸੀ ਭਾਰਤੀ ਜਨਤਾ ਪਾਰਟੀ ਨਹੀਂ ਉੱਥੇ ਜਿੱਤਣਾ ਸੀਗਾ ਅਰਲੀ ਹੈ ਵੀ ਅਰਲੀ ਮੈਂ ਕਹਿੰਦਾ ਜੀ ਤੁਹਾਡੇ ਸਾਹਮਣੇ ਰੁਝਾਨ ਜਿਹੜੇ ਨੇ 263 ਤੋਂ 64 ਤੋਂ ਇਸ ਐਨਡੀਏ ਅੱਗੇ ਚੱਲ ਰਿਹਾ ਹੈ ਹੁਣ ਤੇ ਰੇਸ ਜਿਹੜੀ ਹੈ 4 ਕਿਲੋਮੀਟਰ ਅੱਗੇ ਜਿਹੜਾ ਇੱਕ ਕੈਂਡੀਡੇਟ ਨਿਕਲ ਚੁੱਕਿਆ ਹੈ ਉਹਨੂੰ ਤੁਸੀਂ ਕਿੱਥੋਂ ਫੜ ਲੋਗੇ ਇੱਕੀਆਂ ਵੋਟਾਂ ਤੇ ਮੈਂ ਗੱਲ ਸੁਣ ਮੈਂ ਤਾਂ ਤੁਹਾਨੂੰ ਬਾਰ ਬਾਰ ਕਹਿੰਦਾ ਕਿੰਨੇ ਕੱਢ ਲੋਗੇ ਤੁਸੀਂ ਕਿੰਨਿਆਂ ਨੂੰ ਕੈਚ ਕਰ ਲੋਗੇ ਤੁਸੀਂ 80 ਤੋਂ 264 ਦੇ ਕਿਤਨਾ ਲੱਗੇ ਜਾਓ ਚਰਚਾ ਅੱਗੇ ਤੁਹਾਨੂੰ ਥੋੜਾ ਇੱਕ ਅੰਕੜਾ ਦੇ ਦਿਓ ਪੰਜਾਬ ਦਾ ਐਗਜ਼ਿਟ ਪੋਲ ਛੱਡੋ ਤੁਸੀਂ ਦੇਖੋ ਜੀ ਜਿਹੜਾ ਮੈਂ ਪਰਸਨਲੀ ਅਸੀਂ ਪੰਜਾਬ 'ਚ ਘੁੰਮ ਕੇ ਦੇਖਿਆ ਔਰ ਪੰਜਾਬ ਦਾ ਜਿਹੜਾ ਸੀ ਆਪਣੇ ਲੈਵਲ 'ਤੇ ਹੁਣ ਸਾਰੇ ਪਾਸੇ ਦੇਖਿਆ ਸੀਗਾ ਜਦੋਂ ਤੱਕ ਸਾਨੂੰ ਲੱਗਦਾ ਕਿ ਸਾਡੀਆਂ ਬੀਜੇਪੀ ਦੀਆਂ 2 ਸੀਟਾਂ ਔਰ ਅਕਾਲੀ ਦਲ 4 ਸੀਟਾਂ ਦੇ ਉੱਤੇ ਬਾਕੀ ਕਾਂਗਰਸ ਦੇ ਆਉਣ ਦੇ ਚਾਂਸਿਸ ਹੈਗੇ ਆ ਇੱਕ ਸੀਟ ਕਿਤੇ ਸ਼ਾਇਦ ਤੁੱਕਾ ਲੱਗ ਜੇ ਤੇ ਭਗਵੰਤ ਮਾਨ ਲੈ ਜੇ ਇਸ ਤੋਂ ਜ਼ਿਆਦਾ ਹੋਰ ਕੁਝ ਪੰਜਾਬ ਦਾ ਯਾਨੀ ਕਿ ਤੁਸੀਂ 50-50 ਦੇ ਰਹੇ ਹੋ 6+6 ਬਿਲਕੁਲ ਜੀ ਬਿਲਕੁਲ ਤੇ ਇੱਕ ਆਪ ਨੂੰ ਹੋ ਸਕਦਾ ਕਿ ਭਗਵੰਤ ਮਾਨ ਲੈ ਜਵੇ ਕਿੰਗਰਾ ਸਾਹਿਬ ਸਹਿਮਤ ਹੋ ਦੇਖੋ ਜੀ ਮੈਂ ਤੁਹਾਨੂੰ ਤੁਸੀਂ ਮੈਨੂੰ 10 ਵਾਰੀ ਪੁੱਛੋਗੇ ਤਾਂ ਵੀ ਇਹੀ ਜਵਾਬ ਦੇਵਾਂਗਾ ਮੈਂ ਕਿ ਮੈਂ ਕੋਈ ਜੋਤਸ਼ੀ ਹਾਂ
ਆਪਾਂ ਹੁਣ ਕਾਊਂਟਿੰਗ ਹੋਈ ਜਾਂਦੀ ਹੈ ਰਿਜ਼ਲਟ ਆਏਗਾ ਕੈਪਟਨ ਸਾਹਿਬ ਜੋਸ਼ੀ ਹੈ ਮਿਸ਼ਨ ਤੇਰਾ ਕਹਿੰਦੇ ਹੋ ਕੈਪਟਨ ਸਾਹਿਬ ਜੋਸ਼ੀ ਹੈ ਉਹ ਸਾਡਾ ਏਮ ਸੀ ਅੱਛਾ ਆਬਜੈਕਟ ਐਂਡ ਏਮ ਦੈਟ ਵਾਸ ਆਬਜੈਕਟਿਵ ਐਂਡ ਏਮ ਅਸੀਂ ਅਸੀਂ ਨਿਸ਼ਾਨਾ ਬਣਾਇਆ ਸੀ ਤੁਹਾਡੇ ਏਮ ਦੇ ਵਿੱਚੋਂ 50-50 ਕਹਿ ਰਹੇ ਹਾਂ ਤਾਂ ਜਵਾਬ ਦੇ ਅਸੀਂ ਨਿਸ਼ਾਨਾ ਬਣਾਇਆ ਸੀ ਮੱਛੀ ਦੀ ਅੱਖ ਨੂੰ ਵਜਿਆ ਮੂੰਹ ਚ ਇਹ ਕਿਉਂ ਸਰ ਨਿਸ਼ਾਨਾ ਤਾਂ ਨਹੀਂ ਗਲਤ ਬਣਾਉਂਦੇ ਅਸੀਂ ਨਿਸ਼ਾਨਾ ਗਲਤ ਕਿਉਂ ਬਣਾਈਏ ਦੇਖੋ ਮੈਂ ਇਹਨਾਂ ਨੇ ਨਿਸ਼ਾਨਾ ਕਿੰਨਾ ਬਣਾਇਆ 400 ਦਾ ਬਣਾਇਆ ਇਹ ਤਾਂ ਕਹਿੰਦੇ ਅਸੀਂ 25 ਸਾਲ ਰਾਜ ਕਰਾਂਗੇ ਪੰਜਾਬ ਦੇ ਵਿੱਚ ਕੀੜੀਆਂ ਮਕੌੜਿਆਂ ਦੀ ਬਹੁਤ ਸਿਆਸਤ ਹੈ ਤੇ ਮੱਛੀ ਦੀ ਸਿਆਸਤ ਹੋ ਰਹੀ ਹੈ ਤੁਸੀਂ ਇਹੋ ਜਿਹੀ ਗੱਲਾਂ ਨਾ ਕਰੋ ਉਹ ਸਾਡਾ ਨਿਸ਼ਾਨਾ ਸੀ ਕਿੰਗਰਾ ਸਾਹਿਬ ਅੱਗੇ ਵੋਟਾਂ ਫਿਰ ਸਾਡਾ ਨਿਸ਼ਾਨਾ ਇਹ ਹੋਏਗਾ ਅਸੀਂ ਤੇ ਗੇਨਰ ਹਾਂ ਲੂਜ਼ਰ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਹੈ ਹਲੇ ਅਰਲੀ ਹੈ ਪੂਰਾ ਹਲੇ ਅਰਲੀ ਹੈ ਚਲੋ ਮੱਛੀ ਦੀ ਗੱਲ ਬਾਤ ਛੋਟਾ ਇਹ ਵਕਫਾ ਲੈਣਾ ਵਕਫੇ ਤੋਂ ਬਾਅਦ ਵਾਪਸ ਆਵਾਂਗੇ ਪੰਜਾਬ ਜੋ ਟ੍ਰੈਂਡ ਹੈਗੇ ਅਸੀਂ ਤੁਹਾਨੂੰ ਨਾਲ ਉਹ ਵੀ ਦੱਸ ਦੇ ਰਹੇ ਦੇਸ਼ ਦੇ ਟ੍ਰੈਂਡ ਆ ਤੁਹਾਨੂੰ ਉਹ ਵੀ ਨਾਲ ਨਾਲ ਦੱਸ ਰਹੇ ਹਾਂ ਅਸੀਂ ਅਮੇਠੀ ਦੇ ਵਿੱਚ ਕੀ ਸਥਿਤੀ ਹੈਗੀ ਹੈ ਵਾਇਨਾਡ ਦੀ ਕੀ ਸਥਿਤੀ ਹੈਗੀ ਉਸ ਦੀ ਵੀ ਚਰਚਾ ਕਰਾਂਗੇ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਪੈਨਲ ਸਾਡੇ ਨਾਲ ਇਵੇਂ ਵੱਧਦਾ ਜਾਵੇਗਾ ਚਰਚਾ ਇਵੇਂ ਅੱਗੇ ਵੱਧਦੀ ਜਾਵੇਗੀ